好了。ਬਾਣੀ ਸਵਾਮੀ ਜੀ ਮਹਾਰਾਜ ਸ਼ਬਦ ਸਰੂਪ ਸਤਿਗੁਰ ਕੀ ਸ਼ਬਦ ਪਹਿਲਾ ਧਨ 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 ਪਿਆਰੇ ਕਿਆ ਕਹੂੰ ਮਹਿਮਾ ਸ਼ਬਦ ਕੀ ਧਨ 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 ਪਿਆਰੇ ਕਿਆ ਕਹੂੰ ਮਹਿਮਾ ਸ਼ਬਦ ਕੀ ਇਹ ਬਾਣੀ ਸਵਾਮੀ ਜੀ ਮਹਾਰਾਜ ਦੀ ਹੈ। ਸਵਾਮੀ ਜੀ ਮਹਾਰਾਜ ਕਿਸੇ ਸ਼ਾਹੂਕਾਰ ਨੂੰ ਧਨ ਧਨ ਨਹੀਂ ਕਹਿ ਰਹੇ, ਕਿਸੇ ਰਾਜੇ ਮਹਾਰਾਜੇ ਨੂੰ ਧਨ ਧਨ ਨਹੀਂ ਕਹਿ ਰਹੇ ਔਰ ਕਿਸੇ ਬੜੇ ਛੋਟੇ ਨੂੰ ਨਹੀਂ ਧਨ ਧਨ ਕਹਿ ਰਹੇ। ਕਿਹਨਾਂ ਨੂੰ ਕਹਿ ਰਹੇ? ਸ਼ਬਦ ਨੂੰ। ਗੁਰੂ ਸਾਹਿਬ ਜੀ ਸ਼ਬਦ ਦੀ ਮਹਿਮਾ ਕਰ ਰਹੇ ਹੈ ਕਿ ਤਨ 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 ਪਿਆਰੇ ਕਿਆ ਕਹੋ ਮਹਿਮਾ ਸ਼ਬਦ ਹੈ। ਪਿਆਰੇ ਮੈਂ ਸ਼ਬਦ ਦੀ ਕੀ ਮਹਿਮਾ ਕਹੂੰ। ਸ਼ਬਦ ਉੱਚੇ ਤੂੰ ਉੱਚਾ, ਬੜੇ ਤੂੰ ਬੜਾ। ਸ਼ਬਦ ਨੇ ਸਭ ਕੁਝ ਬਣਾਇਆ, ਸ਼ਬਦ ਦੇ ਆਸਰੇ ਸਭ ਕੁਝ ਚੱਲ ਰਿਹਾ ਹੈ, ਸ਼ਬਦ ਦੇ ਆਸਰੇ ਸਭ ਕੁਝ ਖੜਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਸ਼ਬਦ ਦੀ ਮਹਿਮਾ ਕੀਤੀ ਹੈ। ਸ਼ਬਦੋ ਧਰਤੀ, ਸ਼ਬਦੋ ਆਕਾਸ਼, ਸ਼ਬਦੋ ਸ਼ਬਦ ਪਿਆ ਪ੍ਰਕਾਸ਼, ਸਗਲੀ ਸ੍ਰਿਸ਼ਟ ਸ਼ਬਦ ਕੇ ਪਾਸ਼ੇ, ਨਾਨਕ ਸ਼ਬਦ ਘੜ ਘੜ ਆਸ਼ੇ। ਗੁਰੂ ਸਾਹਿਬ ਜੀ ਸ਼ਬਦ ਦੀ ਮਹਿਮਾ ਕੀਤੀ ਹੈ ਕਿ ਸ਼ਬਦ ਇੱਕ ਐਸੀ ਤਾਕਤ ਹੈ ਜਿਹਦੇ ਆਸਰੇ ਜਿਵੇਂ ਅਸਮਾਨ ਖੜਾ, ਜਿਹਦੇ ਆਸਰੇ ਚੰਦਰਮੇ ਔਰ ਸੂਰਜ ਚੱਲ ਰਹੇ, ਜਿਹਦੇ ਆਸਰੇ ਤਮਾਮ ਦੁਨੀਆ, ਉਹ ਸ਼ਬਦ ਦੇ ਆਸਰੇ ਚੱਲ ਰਹੇ। ਸ਼ਬਦ ਸਾਹਿਬ ਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਨੇ ਵੀ ਸ਼ਬਦ ਦੀ ਮਹਿਮਾ ਕੀਤੀ ਹੈ। ਸਭ ਘੱਟ ਬਸੇ ਮੇਰੇ ਸਾਈਆਂ, ਸੁਨੀ ਛੇਜ ਨਾ ਕੋਏ, ਬਲਿਹਾਰ ਜਾਵਾਂ ਬਹੁ ਘੱਟ ਮੈਂ, ਜਾ ਤੂੰ ਪ੍ਰਗਟ ਹੋਏ। ਉਸੇ ਸ਼ਬਦ ਦੀ ਮਹਿਮਾ ਸਵਾਮੀ ਜੀ ਮਹਾਰਾਜ ਕਰ ਰਹੇ, ਕਬੀਰ ਸਾਹਿਬ ਜੀ ਫਰਮਾਇਆ ਹੈ, ਗੁਰੂ ਨਾਨਕ ਦੇਵ ਜੀ ਵੀ ਸ਼ਬਦ ਦੀ ਮਹਿਮਾ ਕਰ ਰਹੇ ਹੈ। ਜਿਹਨਾਂ ਮਹਾਂਪੁਰਖਾਂ ਨੇ ਦੇਖਿਆ ਹੈ, ਉਹ ਸ਼ਬਦ ਨਾਲ ਪਰਚੇ ਹੈ, ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਪਤਾ ਹੈ ਕਿ ਸ਼ਬਦ ਚੀਜ਼ ਕੀ ਹੈ, ਸ਼ਬਦ ਦੀ ਤਾਕਤ ਕੀ ਹੈ। ਜਿਹਨਾਂ ਨੂੰ ਪਤਾ ਨਹੀਂ, ਜਿਹਨਾਂ ਨੇ ਉਹ ਕੋਰਸ ਨਹੀਂ ਕੀਤਾ, ਉਹਨਾਂ ਨੂੰ ਉਸ ਦੀ ਤਾਕਤ ਦਾ ਵੀ ਕੋਈ ਪਤਾ ਨਹੀਂ। ਤਨ 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 ਪਿਆਰੇ ਕਿਆ ਕਹੂੰ ਮਹਿਮਾ ਸ਼ਬਦ ਕੀ ਜੋ ਮਰਤੇ ਹੈ ਸ਼ਬਦ ਮੇ
جانے مہمان شبد کی. گرو صاحب جی بڑے پیار دے نال فرما رہے ہیں جو پرچے ہیں شبد سے. جو لفظ جیڑا وہ اگے کئی بار دسیا ہے کہ مشترک کا شبد ہے. یہ لفظ ہے جو دے وچ ہندو مسلمان غریب امیر استری پرش سارے آ سکتے. یہ نہیں پتا کون کون شبد کی کمائی کر رہا اور وہ شبد کا بھید کس نو ہے. گرو صاحب جی فرما رہے ہیں کہ جو پرچے ہے شبد سے سو مہما جانے شبد کی. آئی جو شبد کی کمائی کرتے ہیں محنت کرتے ہیں انہوں نے پتا ہے کہ شبد کی طاقت کی ہے. جڑے شبد نال پرچے نہیں جنہیں شبد کی کمائی نہیں کیتی انہوں نے کوئی پتا نہیں. انہوں نے کوئی پتا نہیں کہ شبد کنوں کہندے. اسی لفظ لفظاں نو شبد لفظ ساری عمر گندے ہویا کوئی فرق نہیں پیندا. وہ شبد ساڈے اندر ہے وہ ربی گیان وہ لفظ نہیں. حضرت بہو صاحب نے بھی بانی جی فرمایا ہے آکھنا فرقے اٹھنا ہلے سو نوازی تھی وے ہو. نواز بھی ہووے اکھ بھی نہ ہلے اٹھ بھی نہ ہلے تے نواز بھی ہووے تھی دسو لفظ کدھر گئے. لفظ تے مک گئے. وہ کیڑی طاقت ہے کہ جیڑی بغیر اوٹ ہلنے بغیر اکھ پڑکیاں اندر نواز بھی ہووے. اسے دی مہما سوامی جی مہاراج کر رہے. اسے نو شبد کہندے. وہ ساڈے اندر ہے وہ لا زبان ہے. وہ کسی زبان نال نہیں بولیا جاتا. گرو صاحب جی فرما رہے ہیں کہ جو شبد نال پرچے ہے انہوں نے پتا ہے شبد کی طاقت کا اور دوسرے نو نہیں پتا. ہائے جو پرچے ہیں شبد سے سو جانے مہما شبد کی. چھن چھن رکھیا ہو رہی کیا یوک میں کہوں شبد کی. گرو صاحب جی بڑے پیار دے نال فرما رہے ہیں شین شین رکھیا ہو رہی میں کی اپما کہوں شبد کی. میں او شبد کی تعریف کی کرا. او شین شین شبد رکھیا کر رہا ہے پر جڑے اس شبد نال پرچے ہوئے ہیں جڑے شبد کی کمائی کرتے ہیں انہاں دی. جڑے شبد کی کمائی نہیں کرتے انہاں نو اگر رکھے بھی انہاں دی ہوگی انہاں نو کوئی معلوم نہیں. انہاں نو کوئی پتہ نہیں کہ ساڈی رکھیا پرماتما نے کیتی ہے. کئی بار دسیا کہ پرلاد بھگت جدوں او دے پتا نے تپسیا کیتی تپسیا دے یو نال
ਕਿ ਵਰ ਲੈ ਲੇ ਕਿ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਅਤੇ ਨਾ ਦਿਨੇ ਨਾ ਰਾਤੀ ਅਤੇ ਨਾ ਕਿਸੇ ਹਥਿਆਰ ਦੇ ਨਾਲ। ਜਦੋਂ ਇਹ ਵਰ ਲੈ ਲਏ ਤਾਂ ਆਪ ਹੀ ਰੱਬ ਬਣ ਗਿਆ, ਟਨੋਰਾ ਫੇਰ ਦਿੱਤਾ ਸਾਰੇ ਰਾਜ ਦੇ ਵਿੱਚ ਕਿ ਮੇਰਾ ਨਾਮ ਜਪੋ, ਮੈਂ ਰੱਬ ਹਾਂ। ਜਦੋਂ ਮੈਂ ਮਰਨਾ ਹੀ ਨਹੀਂ, ਸਾਰੀ ਰਿੱਜਤ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਇੱਕ ਪ੍ਰਜਾਪਤਾਂ ਨੇ ਪੱਠੀ ਚਾੜੀ ਸੀ ਭਾਂਡਿਆਂ ਦੀ, ਇੱਕ ਘੜੇ ਵਿੱਚ ਬਿੱਲੀ ਦੇ ਬੱਚੇ ਸਨ, ਪਰ ਉਹਨਾਂ ਨੂੰ ਕੋਈ ਯਾਦ ਨਹੀਂ ਰਿਹਾ, ਉਹ ਵੀ ਘੜਾ ਵਿੱਚੇ ਹੀ ਭੱਠੀ 'ਤੇ ਚੜ ਗਿਆ। ਅਤੇ ਜਦੋਂ ਉਹਨਾਂ ਨੇ ਅੱਗ ਲਾ ਦਿੱਤੀ ਫਿਰ ਉਹਨਾਂ ਨੂੰ ਪਤਾ ਲੱਗਾ। ਫਿਰ ਉਹ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹੈ ਕਿ ਹੇ ਰਾਮ, ਜੇ ਬੱਚੇ ਸੜ ਗਏ ਕਿ ਸਾਨੂੰ ਬਹੁਤ ਪਾਪ ਲੱਗੇਗਾ, ਤੂੰ ਸਾਡੀ ਰੱਖਿਆ ਕਰ। ਜੇ ਅਸੀਂ ਇਸ ਭੱਠੀ ਨੂੰ ਪੁੱਟਦੇ ਹਾਂ ਤਾਂ ਸਾਡਾ ਸਾਰਾ ਮਾਲ ਖਰਾਬ ਹੋ ਜਾਂਦਾ, ਹੇ ਰਾਮ ਸਾਡੇ 'ਤੇ ਦਇਆ ਕਰ। ਪ੍ਰਹਲਾਦ ਕੋਲੋਂ ਦੀ ਲੰਘਿਆ, ਪ੍ਰਹਲਾਦ ਨੇ ਪੁੱਛਿਆ ਕਿ ਤੁਸੀਂ ਕਿਹੜੇ ਰਾਮ ਦੇ ਅੱਗੇ ਫਰਿਆਦ ਕਰ ਰਹੇ ਹੋ? ਰਾਮ ਤਾਂ ਮੇਰਾ ਪਿਤਾ ਹੈ। ਉਹਨਾਂ ਕਿਹਾ ਨਹੀਂ, ਤੇਰਾ ਪਿਤਾ ਜਿਹੜਾ ਉਹ ਬਨੌਟੀ ਰਾਮ ਹੈ, ਉਹ ਸਹੀ ਰਾਮ ਨਹੀਂ ਹੈ। ਸਹੀ ਰਾਮ ਜਿਹੜਾ ਅਸਲੀ ਰਾਮ ਹੋਰ ਹੈ। ਉਹਨਾਂ ਨੇ ਕਿਹਾ, ਪ੍ਰਹਲਾਦ ਨੇ ਕਿਹਾ ਕਿ ਜੇ ਤੁਹਾਡੇ ਬੱਚੇ ਜਿੰਦਾ ਨਿਕਲ ਜਾਣ ਤਾਂ ਮੈਨੂੰ ਤੁਸੀਂ ਦੱਸਣਾ, ਮੈਂ ਵੀ ਉਸੇ ਦਾ ਨਾਮ ਜਪਾਂਗਾ, ਫਿਰ ਮੈਂ ਆਪਣੇ ਪਿਤਾ ਦਾ ਨਾਮ ਨਹੀਂ ਜਪਾਂਗਾ। ਜਦੋਂ ਉਹਨਾਂ ਨੇ ਉਹ ਪੱਠੀ ਪੁੱਟੀ, ਉਹ ਬੱਚੇ ਜਿਹੜੇ ਸੀ ਉਸ ਘੜੇ ਨੂੰ ਸੇਕ ਹੀ ਨਹੀਂ ਲੱਗਾ, ਘੜੇ ਨੂੰ ਸੇਕ ਨਹੀਂ ਲੱਗਾ, ਉਹਦੇ ਵਿੱਚ ਉਹ ਬੱਚੇ ਖੇਡਦੇ ਸਨ। ਪ੍ਰਹਲਾਦ ਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਉਹ ਰਾਮ ਹੋਰ ਹੈ, ਮੇਰਾ ਪਿਤਾ ਜਿਹੜਾ ਬਨੌਟੀ ਰਾਮ ਹੈ। ਹੁਣ ਦੇਖੋ ਜੀ, ਇਸਦਾ ਪਰਮਾਤਮਾ ਦੇ ਨਾਲ ਪੂਰਾ ਪਿਆਰ ਹੋ ਜਾਏ ਅਤੇ ਪੂਰਾ ਤੁਲ ਜਾਏ ਉਹਦੇ ਉੱਤੇ, ਅਤੇ ਵਾਕਿਆ ਹੀ ਉਹਦੀ ਛਿਣ ਛਿਣ ਰੱਖਿਆ ਹੁੰਦੀ ਹੈ। ਪ੍ਰਹਲਾਦ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ, ਪਿਤਾ ਨੇ ਇੱਕ ਲੋਕ ਲਾ ਜਣੇ ਦੁਨੀਆਂ ਦੀ ਮਾਣ ਵਡਿਆਈ ਵਾਸਤੇ ਪੁੱਤਰ ਦਾ ਮੋਹ ਛੱਡ ਦਿੱਤਾ ਕਿ ਮੇਰੀ ਮਾਣ ਵਡਿਆਈ ਹੋਵੇ, ਮੈਨੂੰ ਲੋਕੀ ਰੱਬ ਕਹਿਣ, ਅਤੇ ਪੁੱਤਰ ਦਾ ਮੋਹ ਜਿਹੜਾ ਸੀ, ਪੁੱਤਰ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। ਇਹ ਦੁਨੀਆਂ ਦੀ ਮਾਣ ਵਡਿਆਈ ਵੀ ਬਹੁਤ ਭੈੜੀ ਹੈ, ਪਰ ਪਰਮਾਤਮਾ ਉਸ ਦੀ ਰੱਖਿਆ ਕਰਦਾ ਰਿਹਾ। ਜੋ ਬਾਣੀ ਦੱਸਿਆ ਛਿਣ ਛਿਣ ਰੱਖਿਆ ਹੋ ਰਹੀ, ਕਿਆ ਕਹੂੰ ਮੈਂ ਮਾਂ ਸ਼ਬਦ। ਕਈ ਜਗ੍ਹਾ ਤੋਂ ਉਸ ਨੂੰ ਗਰਾਇਆ ਔਰ ਮਾਰਨ ਦੀ ਕੋਸ਼ਿਸ਼ ਕੀਤੀ, ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ। ਆਖਰ ਇੱਕ ਦਿਨ ਸੋਚਿਆ ਕਿ ਮਰਦਾ ਨਹੀਂ, ਇੱਕ ਲੋਹੇ ਦਾ ਖੰਭਾ ਤਪਾਇਆ,
ਕਿ ਇਸ ਦੇ ਨਾਲ ਲਗਾ ਦਿੰਦੇ ਹਾਂ ਫਿਰ ਇਹ ਮਰ ਜਾਏਗਾ। ਜਦੋਂ ਲੋਹੇ ਦਾ ਖੰਭਾ ਦੇਖਿਆ ਪ੍ਰਹਲਾਦ ਨੇ ਅੱਗ ਵਰਗਾ, ਤਾਂ ਦਿਲ ਵਿੱਚ ਕੁਛ ਵਿਚਾਰ ਆ ਗਏ ਕਿ ਅੱਜ ਮੇਰੀ ਮੌਤ, ਅੱਜ ਮੇਰੀ ਮੌਤ ਆ ਜਾਣੀ, ਅੱਜ ਮੈਂ ਮਰ ਜਾਣਾ। ਪਰ ਜਦੋਂ ਉਸ ਖੰਭੇ ਵੱਲ ਦੇਖਿਆ ਤੇ ਇੱਕ ਛੋਟੀ ਜਿਹੀ ਕੀੜੀ ਉਹਦੇ ਉੱਤੇ ਤੁਰ ਰਹੀ ਸੀ, ਤੇ ਦਿਲ 'ਚ ਸੋਚਦਾ ਕਿ ਕੀੜੀ ਨਹੀਂ ਮਰੀ ਤੇ ਮੈਂ ਕਿੱਦਾਂ ਮਰ ਜਾਵਾਂਗਾ। ਉੱਠ ਕੇ ਉਸ ਖੰਭੇ ਨੂੰ ਜੱਫਾ ਮਾਰ ਲਿਆ, ਉਹਦੇ ਵਿੱਚੋਂ ਹੀ ਉਹ ਖੰਭਾ ਪਾਟਾ ਇੱਕ ਭਿਆਨਕ ਰੂਪ ਨਿਕਲਿਆ, ਜਿਸ ਨੇ ਰਨਾਸ਼ਕ ਨੂੰ ਫੜ ਲਿਆ। ਦਿਨ ਅੰਦਰ ਬਾਹਰ ਸੀ, ਜਦੋਂ ਦਿਨ ਅੰਦਰ ਬਾਹਰ ਹੋਵੇ ਸ਼ਾਮ ਪਈ ਹੋਵੇ ਤੇ ਨਾ ਦਿਨ ਹੁੰਦਾ ਨਾ ਰਾਤ ਹੁੰਦੀ ਹੈ। ਫੜ ਲਿਆ ਦਰਵਾਜ਼ੇ ਦੇ ਅੰਦਰ ਬਾਹਰ ਰੱਖ ਲਿਆ, ਅੱਧਾ ਬਾਹਰ ਅੱਧਾ ਅੰਦਰ, ਕਿਉਂਕਿ ਜਿਹੜੇ ਵਾਰ ਦਿੱਤੇ ਸੀ ਉਹ ਵਾਰ ਲੈਣੇ ਸਨ, ਉਹ ਵਾਰ ਲੈਣੇ ਵੀ ਸੀ। ਪੁੱਛਿਆ ਕਿ ਦਿਨ ਹੈ ਜਾਂ ਰਾਤ ਹੈ, ਕਹਿੰਦਾ ਜੀ ਨਹੀਂ ਦਿਨ ਤੇ ਨਹੀਂ ਰਾਤ, ਤੂੰ ਅੰਦਰ ਹੈ ਕਿ ਜੇ ਬਾਹਰ ਹੈ, ਨਹੀਂ ਅੰਦਰ ਨਹੀਂ ਬਾਹਰ, ਮੇਰੇ ਹੱਥ 'ਚ ਕੋਈ ਹਥਿਆਰ ਤੇ ਨਹੀਂ, ਕੋਈ ਹਥਿਆਰ ਨਹੀਂ, ਤੂੰ ਵਧਾਇਆ ਢਿੱਡ ਪਾੜ ਦਿੱਤਾ, ਖਤਮ ਕਰ ਦਿੱਤਾ। ਉੱਥੇ ਪ੍ਰਹਲਾਦ ਨੇ ਫਰਮਾਇਆ ਜੇ ਕੀੜੀ ਨਾ ਬਣ ਦੋ ਰਾਮਾ, ਪ੍ਰਹਲਾਦ ਡੋਲ ਜਾਂਦਾ। ਹੈ ਰਾਮ, ਜੇ ਤੂੰ ਕੀੜੀ ਨਾ ਅੱਜ ਬਣ ਕੇ ਮੇਰੀ ਸਹਾਇਤਾ ਕਰਦਾ ਤਾਂ ਮੈਂ ਡੋਲ ਜਾਣਾ ਸੀ। ਬਾਕੀ ਜੋ ਕੁਛ ਵੀ ਸੰਤ ਮਹਾਂਪੁਰਖ ਫਰਮਾਉਂਦੇ ਆ ਬਾਣੀ ਦੇ ਵਿੱਚ, ਉਹਨਾਂ ਦੇ ਤਜਰਬੇ ਹੈ। ਛਿਨ ਛਿਨ ਰੱਖਿਆ ਹੋ ਰਹੀ, ਕਿਆ ਕਹੂੰ ਮਹਿਮਾ ਸ਼ਬਦ, ਅਸੀਂ ਸ਼ਬਦ ਦੀ ਮਹਿਮਾ ਕੀ ਕਰੀਏ, ਛਿਨ ਛਿਨ ਰੱਖਿਆ ਹੋ ਰਹੀ। ਜਿਨ੍ਹਾਂ ਨੇ ਉਸ ਸ਼ਬਦ ਤੇ ਉਸ ਪਰਮਾਤਮਾ ਦੇ ਡੋਰੀਆਂ ਰੱਖ ਲਈਆਂ, ਵਾਕਿਆ ਹੀ ਉਹਨਾਂ ਦੀ ਰੱਖਿਆ ਹੁੰਦੀ। ਜੋ ਬਾਣੀ 'ਚ ਗੁਰੂ ਸਾਹਿਬ ਜੀ ਫਰਮਾ ਰਿਹਾ ਉਹ ਠੀਕ ਫਰਮਾ ਰਿਹਾ। ਹਾਂਜੀ, ਛਿਨ ਛਿਨ ਰੱਖਿਆ ਹੋ ਰਹੀ, ਕਿਆ ਉਪਮਾ ਕਹੂੰ ਮੈਂ ਸ਼ਬਦ ਕੀ, ਬਿਨ ਸ਼ਬਦ ਫਿਰੇ ਪਰਮਾਤੀਆ, ਨਹੀਂ ਜਾਣੀ ਗਤ ਮਤ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਬਿਨ ਸ਼ਬਦ, ਬਿਨ ਸ਼ਬਦ ਫਿਰੇ ਪਰਮਾਤੀਆ, ਨਹੀਂ ਗਤ ਮਤ ਜਾਣੀ ਸ਼ਬਦ ਕੀ। ਭਾਈ ਜੀ ਦੇ ਪਾਸ ਉਹ ਸ਼ਬਦ ਨਹੀਂ, ਉਹ ਜੀਵ ਭਰਮ ਵਿੱਚ ਪਿਆ ਰਹਿੰਦਾ ਹੈ, ਉਸ ਨੂੰ ਕੋਈ ਸ਼ਬਦ ਦਾ ਪਤਾ ਨਹੀਂ। ਸ਼ਬਦ ਦੀ ਤਾਕਤ ਕੀ ਹੈ, ਸ਼ਬਦ ਵਿੱਚ ਸੁੱਖ ਕੀ ਹੈ, ਇਹ ਸ਼ਬਦ ਦੇ ਜਪਿਆਂ ਸਾਨੂੰ ਕੀ ਫਾਇਦਾ ਮਿਲਣਾ ਹੈ, ਉਸ ਨੂੰ ਕੋਈ ਪਤਾ ਨਹੀਂ। ਇਹ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਸ਼ਬਦ ਨਾਲ ਪਰਚੇ ਹੋਏ ਹੈ, ਜਿਹੜੇ ਉਸਦੀ ਮਿਹਨਤ ਕਰਦੇ ਹੈ, ਉਸ ਨੂੰ ਪਤਾ ਹੈ ਕਿ ਸ਼ਬਦ ਕੀ ਹੈ ਔਰ ਸ਼ਬਦ ਦਾ ਫਾਇਦਾ ਕੀ ਹੋਣਾ ਅਤੇ ਕੀ ਸਾਨੂੰ ਉਹਦੇ ਵਿੱਚੋਂ ਸੁੱਖ ਮਿਲਣਾ ਹੈ। ਸਵਾਮੀ ਜੀ ਮਹਾਰਾਜ ਫਰਮਾ ਰਿਹਾ ਕਿ ਜਿਹੜੇ ਸ਼ਬਦ ਨਾਲ ਪਰਚੇ ਹੈ ਉਹਨਾਂ ਨੂੰ ਪਤਾ ਹੈ ਸ਼ਬਦ ਦਾ, ਬਾਕੀ ਨਹੀਂ। ਜਿਸ ਤਰ੍ਹਾਂ ਹਜ਼ੂਰ ਕਈ ਵਾਰ
ਬਾਹਰ ਦੀ ਮਿਸਾਲ ਦਿੰਦੇ ਹੋ ਕਿ ਭਲਵਾਨਾਂ ਦੇ ਜ਼ੋਰ ਨੂੰ ਭਲਵਾਨ ਹੀ ਸਮਝਦੇ ਹੈ, ਦੂਸਰਿਆਂ ਨੂੰ ਕੀ ਪਤਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਉਸ ਨੂੰ ਸ਼ਬਦ ਦਾ ਪਤਾ ਹੈ ਕਿ ਉਹਦੀ ਲੱਜਤ ਸਵਾਦ ਜਾਂ ਉਹਦਾ ਸੁੱਖ ਜਾਂ ਉਹ ਕਿਤਨਾ ਸਾਨੂੰ ਫਾਇਦਾ ਮਿਲਦਾ ਉਹਦਾ। ਹਾਏ ਬਿਨ ਸ਼ਬਦ ਫਿਰੇ ਪਰਮਾਤੀਆ ਨਹੀਂ ਜਾਣੀ ਗਤ ਮਤ ਸ਼ਬਦ ਕੀ ਜਿਨ ਗੁਰ ਪਾਇਆ ਸ਼ਬਦ ਕਾ ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਜਿਨ ਲਫ਼ਜ਼ ਅੱਗੇ ਵੀ ਦੱਸਿਆ ਹੈ ਕਿ ਮੁਸ਼ਤਰਕ ਲਫ਼ਜ਼ ਹੈ, ਇਹਦਾ ਪਤਾ ਨਹੀਂ ਕਿ ਕੌਣ ਹੈ। ਜਿਨ ਗੁਰ ਪਾਇਆ ਸ਼ਬਦ ਕਾ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਹਨਾਂ ਪੁਰਸ਼ਾਂ ਨੇ ਕੋਈ ਸ਼ਬਦ ਰੂਪੀ ਮਹਾਂਪੁਰਖ ਜਿਸ ਨੇ ਸ਼ਬਦ ਦੀ ਕਮਾਈ ਕੀਤੀ, ਜਿਹਨਾਂ ਨੂੰ ਕੋਈ ਉਹ ਮਹਾਤਮਾ ਮਿਲ ਗਿਆ ਔਰ ਉਹਨਾਂ ਪਾਸੋਂ ਸ਼ਬਦ ਲੈ ਕੇ ਫਿਰ ਉਸ ਸ਼ਬਦ ਨਾਲ ਪ੍ਰੀਤੀ ਕੀਤੀ, ਪਿਆਰ ਕੀਤਾ, ਮੁਹੱਬਤ ਕੀਤੀ, ਦਿਨ ਰਾਤ ਉਹ ਸ਼ਬਦ ਦੀ ਮਿਹਨਤ ਕੀਤੀ। ਜਿਹਨਾਂ ਨੇ ਉਹਦੇ ਨਾਲ ਮਿਹਨਤ ਕੀਤੀ ਉਹਨਾਂ ਨੂੰ ਪਤਾ ਹੈ ਕਿ ਸ਼ਬਦ ਚੀਜ਼ ਕੀ ਹੈ ਅਤੇ ਸ਼ਬਦ ਤੋਂ ਫਾਇਦਾ ਕੀ ਮਿਲਣਾ ਹੈ। ਇਹ ਉਹਨਾਂ ਨੂੰ ਪਤਾ ਹੈ ਕਿ ਜਿਹਨਾਂ ਨੇ ਉਹ ਸ਼ਬਦ ਨਾਲ ਪਿਆਰ ਕੀਤਾ। ਹਾਂਜੀ, ਜਿਨ ਗੁਰ ਪਾਇਆ ਸ਼ਬਦ ਕਾ ਔਰ ਪ੍ਰੀਤ ਕਰੀ ਜਿਨ ਸ਼ਬਦ ਕੀ ਵੱਡ ਭਾਗੀ ਵੇ ਜੀਵ ਹੈ ਜੋ ਕਰੇ ਕਮਾਈ ਸ਼ਬਦ ਕੀ। ਗੁਰੂ ਸਾਹਿਬ ਜੀ, ਅਸੀਂ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਕਮਾਈਆਂ ਕਰਦੇ ਹਾਂ, ਲੇਕਿਨ ਬੜੇ ਭਾਗਾਂ ਵਾਲਾ ਕਿਸ ਨੂੰ ਕਹਿ ਰਹੇ ਹੈ ਜਿਹੜਾ ਕੋਈ ਸ਼ਬਦ ਦੀ ਕਮਾਈ ਕਰਦਾ ਹੈ। ਅਸੀਂ ਬੜੇ ਬੜੇ ਬਿਜਨਸ ਕਰਦੇ ਹਾਂ, ਨੌਕਰੀਆਂ ਕਰਦੇ ਹਾਂ, ਖੇਤੀਬਾੜੀ ਕਰਦੇ ਹਾਂ, ਬੜੇ ਬੜੇ ਅਸੀਂ ਦੁਨੀਆਂ 'ਚ ਕੰਮ ਕਰਦੇ ਹਾਂ, ਪਰ ਸੰਤ ਉਹਨਾਂ ਨੂੰ ਭਾਗ ਨਹੀਂ ਗਿਣਦੇ। ਉਹ ਬੜੇ ਭਾਗਾਂ ਵਾਲੇ ਨਹੀਂ ਉਹਨਾਂ ਨੂੰ ਗਿਣਦੇ, ਕਿਉਂਕਿ ਉਹ ਸ਼ਬਦ ਤੋਂ ਵਿਛੜ ਰਹੇ ਹੈ। ਉਹਨਾਂ ਨੂੰ ਕੋਈ ਨਾ ਸਤਸੰਗ ਦਾ ਟਾਈਮ, ਨਾ ਸਤਸੰਗ ਦੇ ਵਿੱਚ ਜਾਣ ਦਾ ਕੋਈ ਟਾਈਮ, ਨਾ ਭਜਨ ਸਿਮਰਨ ਦਾ ਪਤਾ ਹੈ, ਉਹਨਾਂ ਨੂੰ ਕੁਛ ਪਤਾ ਨਹੀਂ। ਹਜ਼ੂਰ ਫਰਮਾਉਂਦੇ ਸੀ ਉਹ ਸ਼ਬਦ ਤੋਂ ਵਿਛੜ ਰਿਹਾ। ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਹੈ, ਕੱਖੋਂ ਕੀ ਚੌਂਪੜੀ ਭਲੀ ਜਾਂ ਹਰ ਗੁਣਮੈ ਗਾਏ, ਆਗ ਲੱਗੇ ਬਹੁਤ ਔਲਰੇ ਜਾਂ ਹਰ ਬਸਰਾਏ। ਗਰੀਬ ਵੀ ਚੰਗੀ, ਮਾੜੇ ਤੋਂ ਮਾੜਾ ਚੰਗਾ, ਪਾਟਾ ਕੱਪੜਾ ਵੀ ਚੰਗਾ, ਪਰ ਜੇ ਨਾਮ ਜਪਦਾ ਹੈ, ਈਸ਼ਵਰ ਦਾ ਨਾਮ ਜਪਦਾ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਉਹ ਬੜੇ ਭਾਗਾਂ ਵਾਲੇ ਜੀਵ ਨੇ ਜਿਹੜੇ ਸ਼ਬਦ ਦੀ ਕਮਾਈ ਕਰਦੇ, ਜਿਹੜੇ ਸ਼ਬਦ ਦੀ ਕਮਾਈ ਕਰਦੇ ਬਹੁਤ ਭਾਗਾਂ ਵਾਲੇ ਜੀਵ ਨਾ।
ਚਾਹੇ ਕੋਈ ਇਸਤਰੀ ਹੈ, ਪੁਰਸ਼ ਹੈ, ਗਰੀਬ ਹੈ, ਅਮੀਰ ਹੈ, ਕੋਈ ਵੀ ਹੈ, ਉਹ ਬੜੇ ਉੱਚੇ ਕਰਮ ਨੇ ਉਸਦੇ। ਉਹਦੀ 84 ਕੱਟੀ ਗਈ, ਜੋ 84 ਵਿੱਚ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਬਣਨਾ ਸੀ ਉਹ ਜੂਨਾਂ ਸਮਾਪਤ ਹੋ ਗਈਆਂ। ਔਰ ਇੱਕ ਦਿਨ ਉਹ ਆਪਣੇ ਮਾਲਕ ਦੇ ਦੇਸ਼ ਪਹੁੰਚ ਗਏ, ਆਪਣੇ ਮਾਲਕ ਨਾਲ ਮਿਲ ਗਏ। ਕਹਿ ਦਿਓ ਸਮੁੰਦਰ ਦੀ ਬੂੰਦ ਸਮੁੰਦਰ ਚਲਾ ਗਈ, ਉਹ ਸਮੁੰਦਰ ਬਣ ਗਈ, ਉਹ ਬੂੰਦ ਨਹੀਂ ਰਹੀ। ਜਾਂ ਆਤਮਾ ਪਰਮਾਤਮਾ ਨਾਲ ਮਿਲ ਗਈ, ਉਹ ਵੀ ਪਰਮਾਤਮਾ ਬਣ ਗਈ। ਇੱਕ ਦੀਵੇ ਦੇ ਨਾਲੋਂ ਦੂਸਰਾ ਦੀਵਾ ਜਗ ਗਿਆ, ਦੋਵੇਂ ਜਗ ਗਏ, ਦੀਵੇ ਰੋਸ਼ਨੀ ਲਾਈਟ ਬਣ ਗਈ। ਜੋ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ, ਕਿਉਂਕਿ ਉਹਨਾਂ ਸੰਤਾਂ ਨੇ ਸਭ ਕੁਝ ਦੇਖਿਆ, ਉਹਨਾਂ ਦਾ ਇਹ ਤਜਰਬਾ ਹੈ। ਹਾਂਜੀ ਵੱਡ ਭਾਗੀ ਵੇ ਜੀਵ ਹੈ ਜੋ ਕਰੇ ਕਮਾਈ ਸ਼ਬਦ ਕੀ, ਬਿਨਾ ਸ਼ਬਦ ਮਨ ਵਸ ਨਹੀਂ, ਤੁਮ ਸੁਰਤ ਕਰੋ ਅਬ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਬਗੈਰ ਸ਼ਬਦ ਦੇ ਅਗਰ ਤੁਸੀਂ ਕਹੋ ਕਿ ਸਾਡਾ ਮਨ ਬਸ ਆ ਜਾਏ ਕਿਸੇ ਵੀ ਕਰਮ ਦੇ ਨਾਲ, ਤਾਂ ਮਨ ਨਹੀਂ ਬਸ ਆਏਗਾ, ਮਨ ਬਸ ਨਹੀਂ ਆਏਗਾ। ਤੁਸੀਂ ਜਿੰਨੀਆਂ ਮਰਜ਼ੀ ਰਿਧੀਆਂ ਸਿੱਧੀਆਂ ਪੈਦਾ ਕਰ ਲਓ, ਦੁਨੀਆਂ ਦੇ ਅਨੇਕਾਂ ਕਰਮ ਕਰ ਲਓ, ਲੇਕਿਨ ਮਨ ਬਸ ਨਹੀਂ ਆਏਗਾ, ਮਨ ਬਸ ਨਹੀਂ ਆਏਗਾ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜੇ ਸ਼ਬਦ ਦੀ ਕਮਾਈ ਕਰੇਗਾ ਫਿਰ ਤੇਰਾ ਮਨ ਬਸ ਆਏਗਾ। ਬਗੈਰ ਸ਼ਬਦ ਦੇ ਮਨ ਬਸ ਆਉਣਾ ਬਹੁਤ ਮੁਸ਼ਕਲ ਹੈ। ਔਰ ਜਿਨ੍ਹਾਂ ਨੇ ਬਸ ਕੀਤਾ ਹੈ ਉਹਨਾਂ ਸ਼ਬਦ ਦੀ ਕਮਾਈ ਕਰਕੇ, ਜੇ ਕੋਈ ਕਰੇਗਾ ਤਾਂ ਉਹ ਸ਼ਬਦ ਦੀ ਕਮਾਈ ਕਰਕੇ ਕਰੇਗਾ। ਇਹ ਗੱਲਾਂ ਬਾਤਾਂ ਦਾ ਮਜ਼ਬੂਨ ਨਹੀਂ ਹੈ, ਗੱਲਾਂ ਨਾਲ ਨਹੀਂ ਪੁੱਜਿਆ ਜਾਂਦਾ ਦੇਸ਼ ਪ੍ਰੀਤਮ ਦੇ। ਅਸੀਂ ਗੱਲਾਂ ਦੇ ਨਾਲ ਜੇ ਕਹੀਏ ਕਿ ਉਸ ਮਾਲਕ ਦੇ ਦੇਸ਼ ਪਹੁੰਚ ਜਾਈਏ, ਤਾਂ ਅਸੀਂ ਉਸ ਪਰਮਾਤਮਾ ਦੇ ਦੇਸ਼ ਨਹੀਂ ਜਾ ਸਕਦੇ। ਗੱਲਾਂ ਨਾਲ ਨਹੀਂ ਪਤੀਂਦਾ ਨਹੀਂ ਰਾਮ ਨਿਆਣਾ, ਉਹ ਬੱਚਾ ਨਹੀਂ ਜਿਹਨੂੰ ਅਸੀਂ ਗੱਲਾਂ ਬਾਤਾਂ ਨਾਲ ਪਤਿਆ ਲਵਾਂਗੇ, ਉਹ ਪਰਮਾਤਮਾ। ਉਸਨੇ ਸਾਡਾ ਰਿਕਾਰਡ ਦੇਖਣਾ ਹੈ, ਕਰਮ ਦੇਖਣੇ ਹੈ ਸਾਡੇ, ਕੀ ਕਰਦਾ ਹੈ, ਕੀ ਕੀਤਾ ਹੈ, ਕਿਸ ਵਾਸਤੇ ਗਿਆ ਹੈ, ਕੀ ਅਥੋਰਿਟੀ ਸੀ ਇਸ ਦੀ, ਔਰ ਕਰਦਾ ਕੀ ਰਿਹਾ ਹੈ। ਅਸੀਂ ਇੱਕ ਇਨਸਾਨ ਹਾਂ, ਪਰਮਾਤਮਾ ਨੇ ਸਾਨੂੰ ਸਾਰੀਆਂ ਜੂਨਾਂ ਤੋਂ ਜਿਤਨੀਆਂ ਵੀ ਇਸ ਲੋਕੀ ਵਿੱਚ ਪੈਦਾਇਸ਼ ਹੈ ਸਭ ਦਾ ਇੱਕ ਅਵਸਰ ਬਣਾਇਆ ਤੱਤਾਂ ਦੇ ਲਿਹਾਜ਼ ਨਾਲ। ਹਰ ਇੱਕ ਚੀਜ਼ ਦੇ ਕਿਸੇ ਦਾ ਇੱਕ ਤੱਤ ਹੈ, ਦੋ ਤੱਤ ਨੇ, ਤਿੰਨ ਤੱਤ ਨੇ, ਚਾਰ ਤੱਤ ਨੇ, ਔਰ ਇਸ ਇਨਸਾਨ ਦੇ ਵਿੱਚ ਪੰਜ ਤੱਤ ਨੇ। ਇਹ ਸਭ ਤੋਂ ਬੜਾ, ਸਭ ਤੋਂ ਉੱਚਾ, ਲੇਕਿਨ ਅਸੀਂ ਆਪਣਾ ਕੰਮ ਦੇਖਣਾ ਹੈ ਕਿ ਕਿਆ ਸਾਡਾ ਕੰਮ ਉੱਚਾ ਹੈ, ਕੀ ਕੰਮ ਸਾਡਾ ਉੱਚਾ ਹੈ, ਸੁੱਚਾ ਹੈ, ਚੰਗਾ ਹੈ, ਜਾਂ ਕਿਸੇ ਨੂੰ ਸਾਡਾ ਕੰਮ ਪਸੰਦ ਆਉਂਦਾ ਹੈ।
ਕੋਈ ਸਾਡੇ ਕੰਮ ਤੇ ਹੋਰ ਵੀ ਖੁਸ਼ ਹੈ ਤੇ ਜਾਂ ਮੈਂ ਹੀ ਆਪਣੇ ਕੰਮ ਤੇ ਖੁਸ਼ ਹਾਂ? ਕਈ ਬੰਦੇ ਕੋਈ ਵੀ ਕੰਮ ਕਰਦੇ ਉਹ ਕਹਿੰਦੇ ਮੈਂ ਹੀ ਚੰਗਾ, ਨਹੀਂ ਉਹਨੂੰ ਦੂਸਰਾ ਬੰਦਾ ਵੀ ਚੰਗਾ ਕਹੇ ਤਦ ਚੰਗਾ, ਆਪਣੇ ਆਪ ਤੇ ਚੋਰ ਵੀ ਚੰਗਾ, ਆਪਣੇ ਆਪ ਤੇ ਜੁਆਰੀਆ ਵੀ ਚੰਗਾ ਹੁੰਦਾ ਹੈ, ਨਹੀਂ ਉਸ ਨੂੰ ਦੂਸਰਾ ਵੀ ਕੋਈ ਚੰਗਾ ਕਵੇ ਫਿਰ ਉਹ ਚੰਗਾ ਹੈ। ਪਰ ਜੇ ਅਸੀਂ ਚੰਗਾ ਕੰਮ ਕਰਾਂਗੇ ਤਾਂ ਅਸੀਂ ਉਹ ਅਕਲ ਸਿੱਖਣੀ ਹੈ। ਮੈਂ ਅੱਗੇ ਵੀ ਕੱਲ ਵੀ ਉਹ ਲਫ਼ਜ਼ ਕਿਹਾ ਸੀ, ਸਾਰਿਆਂ ਨੂੰ ਦੱਸਿਆ ਸੀ, ਵਿਲ ਪਾਵਰ ਸਟਰੋਂਗ। ਇਹ ਸੰਤਾਂ ਮਹਾਂਪੁਰਖਾਂ ਨੇ ਜੋ ਲਫ਼ਜ਼ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਪਾਵਰ ਉਹ ਸਟਰੋਂਗ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਵਿਚਾਰ ਸ਼ਕਤੀ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਵਿਚਾਰ ਸ਼ਕਤੀ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਹੈ, ਉਹ ਡਿੱਗਦੇ ਨਹੀਂ। ਜਿਹੜੇ ਸ਼ਬਦ ਰੂਪੀ ਮਹਾਂਪੁਰਖ ਨੇ, ਜਿਹੜਾ ਸ਼ਬਦ ਅਭਿਆਸ ਕਰਦੇ ਹੈ, ਉਹ ਜੋ ਕੰਮ ਕਰਨਗੇ ਵਿਚਾਰ ਕਰਕੇ ਕਰਨਗੇ, ਸਮਝ ਨਾਲ ਕਰਨਗੇ। ਕਿਆ ਜੋ ਮੈਂ ਕੰਮ ਕਰਾਂਗਾ ਕਿ ਇਹਦੇ ਵਿੱਚ ਕੋਈ ਦੁਖੀ ਹੈ ਤਾਂ ਨਹੀਂ ਹੋਏਗਾ, ਕਿਸੇ ਨੂੰ ਕੋਈ ਠੇਸ ਤੇ ਨਹੀਂ ਪਹੁੰਚੇਗੀ, ਕੋਈ ਮੇਰੇ ਹੱਥੋਂ ਦੁਖੀ ਹੈ ਤਾਂ ਨਹੀਂ ਹੋਏਗਾ, ਜਾਂ ਮੇਰੀ ਸਰਵਿਸ ਦੇ ਵਿੱਚ, ਇਹ ਵੀ ਇੱਕ ਇਨਸਾਨ ਦੀ ਜ਼ਿੰਦਗੀ ਦੀ ਸਰਵਿਸ ਹੁੰਦੀ ਹੈ, ਕਿ ਕਿਆ ਮੇਰੀ ਸਰਵਿਸ ਦੇ ਵਿੱਚ ਕੋਈ ਫਰਕ ਤਾਂ ਨਹੀਂ ਪਏਗਾ? ਜਿਸ ਤਰ੍ਹਾਂ ਕੋਈ ਮੁਲਾਜ਼ਮ ਹੁੰਦਾ ਹੈ, ਉਹ ਆਪਣੀ ਸਰਵਿਸ ਕਰਦਾ, ਅਗਰ ਉਹਦੀ ਸਰਵਿਸ ਵਿੱਚ ਗਲਤੀ ਹੈ ਤਾਂ ਉਹ ਗਲਤੀ ਲਿਖੀ ਜਾਂਦੀ ਹੈ, ਜੇ ਉਹਦੀ ਸਰਵਿਸ ਕੋਈ ਗਲਤੀ ਨਹੀਂ ਉਸ ਨੂੰ ਗੌਰਮੈਂਟ ਵੀ ਮਾਣ ਤਰਾਣ ਦਿੰਦੀ ਹੈ, ਇੱਜ਼ਤ ਕਰਦੀ ਹੈ, ਉਸ ਨੂੰ ਪੈਨਸ਼ਨ ਦਿੰਦੀ ਹੈ, ਔਰ ਜਿੱਥੇ ਵੀ ਜਾਏਗਾ ਕਿਸੇ ਜਗ੍ਹਾ ਵੀ ਚਲਾ ਜਾਏ ਉਹਦੀ ਇੱਜ਼ਤ ਆਉਂਦੀ ਹੈ। ਅਸੀਂ ਇਹ ਦੇਖਣਾ ਹੈ ਕਿ ਸਾਡੀ ਵਿਚਾਰ ਸ਼ਕਤੀ ਜਿਹੜੀ ਹੈ ਕੀ ਉਹ ਸਾਡੀ ਸੋਚ ਸਮਝ ਜਿਹੜੀ ਹੈ ਉਹ ਸਾਡੀ ਮਜ਼ਬੂਤ ਹੈ। ਅਸੀਂ ਅਕਲ ਸਿੱਖਣ ਵਾਸਤੇ, ਅਕਲ ਨੂੰ ਵਧਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਬਾਹਰਲੀ ਮਿਸਾਲ ਲੈ ਲਓ ਕਿ ਜਿਸ ਤਰ੍ਹਾਂ ਬੱਚਾ ਇੱਕ ਸਕੂਲ 'ਚ ਜਾਂਦਾ ਹੈ, ਪ੍ਰਾਇਮਰੀ ਸਕੂਲ 'ਚ, ਉਸ ਨੂੰ ਅਕਲ ਵਧਾਉਣ ਵਾਸਤੇ ਕਾਲਜਾਂ 'ਚ ਚਲਾ ਜਾਂਦਾ ਹੈ, ਅਕਲ ਵੱਧ ਜਾਏ, ਉਸ ਤੋਂ ਅਕਲ ਵਧਾਉਣ ਵਾਸਤੇ ਫਿਰ ਅੱਗੇ ਯੂਨੀਵਰਸਿਟੀ ਚਲਾ ਜਾਂਦਾ ਹੈ, ਫਿਰ ਕੋਈ ਹੋਰ ਕੋਰਸ ਕਰਦਾ ਹੈ ਕਿ ਮੇਰੀ ਅਕਲ ਵਧੇ, ਫਿਰ ਉਸ ਅਕਲ ਦੇ ਕੋਲੋਂ ਅਸੀਂ ਕੰਮ ਕੀ ਲੈਂਦੇ ਹਾਂ? ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਜੇ ਸਾਡੀ ਅਕਲ ਵੱਧ ਹੀ ਗਈ ਹੈ ਤਾਂ ਉਸ ਅਕਲ ਦੇ ਪਾਸੋਂ ਅਸੀਂ ਕੰਮ ਕੀ ਲਿਆ? ਕੋਈ ਨੇਕ ਪਾਕ ਕੰਮ ਕੀਤਾ? ਕੋਈ ਪਰਮਾਰਥ ਕਮਾਇਆ? ਕੋਈ ਈਸ਼ਵਰ ਦੀ ਭਗਤੀ ਕੀਤੀ ਜਿਸ ਨੇ ਸਾਨੂੰ ਮਾਣ ਤਰਾਣ ਦੇਣਾ ਹੈ? ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਜਿੰਨ ਵੱਡੇ ਤਾਏ ਉਹਨ ਸੁੱਖ ਕਦੇ ਨਹੀਂ ਪਾਏ। ਵੱਡੇ ਸੰਤ ਮਹਾਂਪੁਰਖ ਵੀ ਹੁੰਦੇ ਹੈ ਔਰ ਵੱਡੇ ਮਾਤਾ ਪਿਤਾ ਵੀ ਹੁੰਦੇ ਹੈ, ਉਹ ਵੀ ਬਜ਼ੁਰਗ ਆਉਂਦੇ ਹੈ।
ਉਹਨਾਂ ਬਜ਼ੁਰਗਾਂ ਦੀ ਸੇਵਾ ਕੀਤੀ ਕਦੀ ਵੀ ਫਾਜ਼ਲ ਨਹੀਂ ਜਾਂਦੀ। ਉਹਨਾਂ ਦੇ ਮੁੱਖੋਂ ਕੋਈ ਵੀ ਲਫ਼ਜ਼ ਜਿਹੜਾ ਨਿਕਲੇਗਾ ਉਹ ਬਿਲਕੁਲ ਪੂਰਾ ਹੋ ਜਾਂਦਾ। ਜਦੋਂ ਉਹਨਾਂ ਨੂੰ ਸੁੱਖ ਮਿਲੇਗਾ ਉਹਨਾਂ ਦੀ ਆਤਮਾ ਅੰਦਰੋਂ ਸੀਸ ਦਏਗੀ ਕੋਈ ਅੱਛੀ। ਇਸ ਵਾਸਤੇ ਅਸੀਂ ਅਕਲ ਜਿਹੜੀ ਸਿੱਖਣੀ ਹੈ ਉਸ ਅਕਲ ਤੋਂ ਅਸੀਂ ਕੰਮ ਲੈਣਾ। ਇਹ ਨਾ ਕਿ ਅਸੀਂ ਅਕਲ ਸਿੱਖ ਕੇ ਬੇਅਕਲੇ ਬਣਨਾ ਹੈਗਾ। ਅਕਲ ਸਿੱਖ ਕੇ ਅਸੀਂ ਬੇਅਕਲੇ ਬਣ ਜਾਈਏ, ਪਸ਼ੂਆਂ ਵਰਗੇ ਬਣ ਜਾਈਏ, ਕੁੱਤਿਆਂ ਬਿੱਲਿਆਂ ਵਰਗੇ ਬਣ ਜਾਈਏ, ਪਰਿੰਦਿਆਂ ਵਰਗੇ ਬਣ ਜਾਈਏ, ਕੋਈ ਕਿਸੇ ਨੂੰ ਬੰਦਾ ਸਮਝੀਏ ਹੀ ਕੁਛ ਨਾ, ਤੇ ਅਕਲ ਕਾਹਦੀ ਹੋਈ? ਕੀ ਫਾਇਦਾ ਉਸ ਅਕਲ ਦਾ? ਸੰਤ ਮਹਾਂਪੁਰਖ ਵੀ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਅਲਫ਼ਬੇ ਤੋਂ ਤੁਰਦਾ ਹੈ, ਇਸ ਤਰ੍ਹਾਂ ਫਕੀਰ ਵੀ ਕਮਾਈ ਕਰਦੇ ਹੈ, ਦਿਨ ਰਾਤ ਮਿਹਨਤ ਕਰਦੇ ਹੈ, ਉਹ ਵੀ ਆਪਣੀ ਜ਼ਿੰਦਗੀ ਉਸ ਮਿਹਨਤ ਵਿੱਚ ਗਾਲ ਦਿੰਦੇ ਹੈ, ਉਹ ਵੀ ਆਪਣੀ ਜ਼ਿੰਦਗੀ ਗਾਲ ਦਿੰਦੇ ਹੈ, ਉਹ ਵੀ ਉਹ ਪੜ੍ਹਾਈ ਕਰਦੇ ਹੈ। ਉਹ ਬਾਹਰ ਦੀ ਪੜ੍ਹਾਈ ਹੈ, ਉਹ ਅੰਦਰ ਦੀ ਪੜ੍ਹਾਈ ਹੈ, ਉਹ ਵੀ ਉਸ ਵੱਡੀ ਯੂਨੀਵਰਸਿਟੀ 'ਚ ਪੜ੍ਹਦੇ ਹੈ, ਫਿਰ ਉਹ ਕੋਰਸ ਕਰਦੇ ਹੈ, ਫਿਰ ਉਹਨਾਂ ਦੀ ਜਿਹੜੀ ਪਾਵਰ ਜਿਹੜੀ ਹੈ, ਤਾਕਤ ਜਿਹੜੀ ਹੈ, ਉਹ ਮਜ਼ਬੂਤ ਹੁੰਦੀ ਹੈ, ਫਿਰ ਉਹ ਗਿਰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅੰਦਰ ਚੜ੍ਹਾਈ ਕਰ ਰਹੇ ਸੀ, ਆਪਣੇ ਦੇਸ਼ ਜਾ ਰਹੇ ਸੀ, ਤੇ ਕਾਲ ਨੇ ਉਹਨਾਂ ਨੂੰ ਰੋਕਿਆ ਕਿ ਤੁਸੀਂ ਅੱਗੇ ਨਾ ਜਾਓ, ਅਸੀਂ ਤੁਹਾਨੂੰ ਸਾਰੇ ਮੁਲਕ ਦਾ ਰਾਜਾ ਬਣਾ ਦਿੰਦੇ ਹਾਂ। ਉਹਨਾਂ ਕਿਹਾ ਨਹੀਂ, ਮੈਨੂੰ ਉਹ ਮਾਲਕ ਭੁੱਲ ਜਾਏਗਾ, ਮੈਨੂੰ ਕੋਈ ਜ਼ਰੂਰਤ ਨਹੀਂ ਰਾਜ ਦੀ, ਮੈਂ ਤੈਨੂੰ ਉਹ ਤਾਕਤ ਦੇ ਦਿੰਦਾ ਹਾਂ ਕਿ ਤੂੰ ਗੁਪਤ ਹੋ ਜਾਏਗਾ, ਜ਼ਾਹਰ ਵੀ ਹੋ ਜਾਏਗਾ, ਸਾਰੀ ਦੁਨੀਆ ਤੇਰੇ ਪਿੱਛੇ ਲੱਗੇਗੀ। ਗੁਰੂ ਸਾਹਿਬ ਨੇ ਕਿਹਾ ਨਹੀਂ, ਮੈਨੂੰ ਉਸ ਦੀ ਜ਼ਰੂਰਤ ਨਹੀਂ, ਮੈਨੂੰ ਉਹ ਪਰਮਾਤਮਾ ਭੁੱਲ ਜਾਏਗਾ, ਤੇਰੇ ਪਲੰਗ ਦੇ ਨਾਲ ਚੌਨਾ ਪਾਵਿਆਂ ਦੇ ਨਾਲ ਚਾਰ ਲਾਲ ਲਾ ਦਿੰਦੇ ਹਾਂ, ਔਰ ਬੜੀ ਬੜੀਆਂ ਸੋਹਣੀਆਂ ਮੋਹਣੀਆਂ ਤੈਨੂੰ ਲਿਆ ਕੇ ਦਿੰਦੇ ਹਾਂ, ਤੂੰ ਅੱਗੇ ਨਾ ਜਾ। ਮਗਰ ਗੁਰੂ ਸਾਹਿਬ ਨੇ ਹਰ ਗੱਲ ਦਾ ਉਹਨਾਂ ਨੂੰ ਜਵਾਬ ਦਿੱਤਾ। ਕਿਉਂ? ਕਿ ਉਹਨਾਂ ਦੀ ਉਹ ਜਿਹੜੀ ਸੋਚ ਸੀ ਉਹ ਮਜ਼ਬੂਤ ਸੀ, ਉਹ ਮਜ਼ਬੂਤ ਸੀ, ਵਿਚਾਰ ਸ਼ਕਤੀ ਜਿਹੜੀ ਸੀ ਉਹ ਮਜ਼ਬੂਤ ਸੀ। ਇੱਥੇ ਸਾਨੂੰ ਕੋਈ ਮਾਮੂਲੀ ਕੋਈ ਚੀਜ਼ ਦੇ ਕੇ ਤਾਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਅਸੀਂ ਝੂਠੀਆਂ ਗਵਾਹੀਆਂ ਦੇਣਾ ਸ਼ੁਰੂ ਕਰ ਦਿੰਦੇ ਹਾਂ ਮਾਮੂਲੀ ਚੀਜ਼ਾਂ ਦੇ। ਲੇਕਿਨ ਗੁਰੂ ਸਾਹਿਬ ਨੂੰ ਰਾਜ ਵੀ ਕਾਲ ਨੇ ਕਿਹਾ ਕਿ ਤੈਨੂੰ ਰਾਜ ਸਾਰੇ ਮੁਲਕ ਦਾ ਰਾਜਾ ਬਣਾ ਦਿੰਦੇ ਹਾਂ, ਤੂੰ ਅੱਗੇ ਨਾ ਜਾ, ਔਰ ਤੈਨੂੰ ਐਸੀ ਤਾਕਤ ਦੇ ਦਿੰਦੇ ਹਾਂ, ਕਦੀ ਤੂੰ ਗੁਪਤ ਹੋ ਜਾਏ, ਕਦੀ ਤੂੰ ਜ਼ਾਹਰ ਹੋ ਜਾਏ, ਸਾਰੀ ਦੁਨੀਆ ਤੇਰੇ ਪਿੱਛੇ ਲੱਗੇਗੀ। ਮਗਰ ਉਹਨਾਂ ਕਿਹਾ ਨਹੀਂ, ਉਹਨਾਂ ਦੀ ਉਹ ਵਿਚਾਰ ਸ਼ਕਤੀ ਜਿਹੜੀ ਪਿੱਛੇ ਕਿਹਾ ਹੈ ਉਹ ਮਜ਼ਬੂਤ ਸੀ, ਉਹ ਡੋਲੇ ਨੇ। ਸਾਨੂੰ ਵੀ ਦੁਨੀਆ ਦੀ ਪੜ੍ਹਾਈ ਕਰਕੇ, ਦੁਨੀਆ ਦੀ ਅਕਲ ਸਿੱਖ ਕੇ, ਦੁਨੀਆ ਦੇ ਕੋਰਸ ਕਰਕੇ, ਚਾਹੇ ਅਸੀਂ ਅਫਸਰ ਬਣ ਜਾਈਏ, ਰਾਜੇ ਬਣ ਜਾਈਏ,
ਕੁਛ ਵੀ ਕਰੀਏ ਪਰ ਸਾਡੀ ਵਿਚਾਰ ਸ਼ਕਤੀ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ, ਉਹ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਗਲਤ ਕੰਮ ਨਾ ਕਰੀਏ ਜਿਹਦੇ ਨਾਲ ਸਾਡਾ ਕਰਮ ਜਿਹੜਾ ਹੈ ਉਹ ਸਾਡਾ ਬਣਿਆ ਹੋਇਆ ਕਰਮ ਫੇਲ ਹੋ ਜਾਏ। ਤੁਸੀਂ ਕੋਈ ਅੱਛੀ ਚੀਜ਼ ਬਣਾਓ ਉਹਦੇ ਵਿੱਚ ਕੋਈ ਗਲਤ ਚੀਜ਼ ਸੁੱਟ ਦਿਓਗੇ ਸਾਰੀ ਖਰਾਬ ਹੋ ਜਾਏਗੀ। ਮਨ ਪੱਕਾ ਦੁੱਧ ਹੋਵੇ ਕਿ ਛਿੱਟ ਪੈ ਜਾਏ ਗਲਤ ਕੋਈ ਉਹ ਸਾਰਾ ਖਰਾਬ ਹੋ ਜਾਂਦਾ ਹੈ। ਅਸੀਂ ਇਹ ਨਾ ਸਮਝੀਏ ਕਿ ਅਸੀਂ ਜ਼ਿੰਦਗੀ ਦੇ ਕੋਰਸ ਕਰ ਲਿਆ ਜਾਂ ਬੜੇ ਬੜੇ ਕੋਰਸ ਕਰ ਲਿਆ ਅਤੇ ਇਹ ਸਾਡੇ ਕਾਇਮ ਰਹਿਣਗੇ, ਨਾ ਜਦੋਂ ਅਸੀਂ ਗਲਤ ਕੰਮ ਕਰਾਂਗੇ ਸਾਡੇ ਕੋਰਸ ਸਾਰੇ ਫੇਲ ਹੋ ਜਾਂਦੇ, ਉਹਦੇ ਵਿੱਚ ਕੁਛ ਨਹੀਂ ਬਣ ਸਕਦਾ। ਇਸ ਵਾਸਤੇ ਫਕੀਰ ਵੀ ਉਹ ਪੜ੍ਹਾਈ ਕਰਦੇ ਹੈ ਜਿਹੜੀ ਅੰਦਰ ਦੀ ਪੜ੍ਹਾਈ ਹੈ, ਜਿਹਦੇ ਵਿੱਚ ਉਹ ਫੇਲ ਨਹੀਂ ਹੁੰਦੇ। ਉਹ ਦਿਨ ਦਾ ਫੇਲ ਕਰਨ ਵਾਸਤੇ ਬਹੁਤ ਸ਼ਕਤੀਆਂ ਉਹਨਾਂ ਦੇ ਮਗਰ ਲੱਗਦੀਆਂ ਨੇ, ਲੇਕਿਨ ਉਹਨਾਂ ਦੀ ਵਿਚਾਰ ਸ਼ਕਤੀ ਜਿਹੜੀ ਆ ਉਹ ਬਹੁਤ ਸਟਰੋਂਗ ਮਜ਼ਬੂਤ ਕਿ ਉਹ ਫੇਲ ਨਹੀਂ ਆਉਂਦੇ। ਰਹਿੰਦੇ ਵੀ ਇਸੇ ਦੁਨੀਆਂ ਵਿੱਚ ਨੇ, ਉਹ ਗੱਲਾਂ ਬਾਤਾਂ ਵੀ ਕਰਦੇ ਨੇ, ਸਾਡੇ ਨਾਲ ਫਿਰਦੇ ਤੁਰਦੇ ਨੇ, ਲੇਕਿਨ ਉਹਨਾਂ ਦੀ ਵਿਰਤੀ ਜਿਹੜੀ ਹੈ ਉਹ ਆਪਣੇ ਭਗਵਾਨ ਆਪਣੇ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ। ਸਵਾਮੀ ਜੀ ਮਹਾਰਾਜ ਜੋ ਕੁਛ ਬਾਣੀ 'ਚ ਫਰਮਾ ਰਹੇ ਆ ਠੀਕ ਫਰਮਾ ਰਹੇ, ਜੋ ਸ਼ਬਦ ਨਾਲ ਪਲਚਿਆ ਉਹਨਾਂ ਨੂੰ ਪਤਾ ਇਹ ਸ਼ਬਦ ਕੀ ਔਰ ਇਸ ਦਾ ਫਾਇਦਾ ਕੀ ਹੈ। ਹਾਂਜੀ, ਬਿਨਾ ਸ਼ਬਦ ਮਨ ਬਸ ਨਹੀਂ, ਤੁਮ ਸੁਰਤ ਕਰੋ ਅਬ ਸ਼ਬਦ ਕੀ। ਬਗੈਰ ਸ਼ਬਦ ਦੀ ਕਮਾਈ ਦੇ ਮਨ ਵਸ ਨਹੀਂ ਆਏਗਾ। ਔਰ ਤੁਸੀਂ ਜਿਤਨੇ ਮਰਜ਼ੀ ਹੈ ਤੀਰਥ ਕਰ ਲਓ, ਜਗ ਮੋਸ਼ੇ ਕਰ ਲਓ, ਤਪੱਸਿਆ ਕਰ ਲਓ, ਯੋਗ ਅਭਿਆਸ ਕਰ ਲਓ, ਹੋਰ ਜੋ ਮਰਜ਼ੀ ਤੁਹਾਡੀ ਇਹ ਕੰਮ ਕਰ ਲਓ, ਮਗਰ ਜਦ ਤੱਕ ਤੁਸੀਂ ਸ਼ਬਦ ਦੀ ਕਮਾਈ ਨਾ ਕਰੋਗੇ ਤੁਹਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਮਾਇਆ ਹੁਮੇ ਮਮਤਾ ਰਜੋ ਤਮੋ ਸਤੋ ਗੁਣ ਆਸ਼ਾ ਤ੍ਰਿਸ਼ਨਾ ਇਹ ਕਦੀ ਵੀ ਤੁਹਾਡੇ ਕਾਬੂ ਨਹੀਂ ਆਉਣਗੇ, ਇਹ ਤੁਹਾਡੇ ਸਿਰ ਤੇ ਸਵਾਰ ਹੋਣਗੇ। ਜਿੱਧਰ ਮਰਜ਼ੀ ਹੈ ਤੁਹਾਨੂੰ ਇਹ ਲੈ ਜਾਂਦੇ ਹੈ, ਜੋ ਮਰਜ਼ੀ ਹੈ ਤੁਹਾਡੇ ਪਾਸੋਂ ਕਰਾਉਂਦੇ ਹੈ, ਪਰ ਤੁਹਾਨੂੰ ਸ਼ਬਦ ਦੀ ਕਮਾਈ, ਜਦ ਤੱਕ ਤੁਸੀਂ ਸ਼ਬਦ ਦੀ ਕਮਾਈ ਨਾ ਕਰੋਗੇ ਇਹ ਮਨ ਵਸ ਨਹੀਂ ਆਏਗਾ। ਅਗਰ ਜਿਨ੍ਹਾਂ ਫਕੀਰਾਂ ਨੇ ਇਸ ਮਨ ਨੂੰ ਵਸ ਕੀਤਾ ਹੈ ਉਹਨਾਂ ਦਿਨ ਰਾਤ ਸ਼ਬਦ ਦੀ ਕਮਾਈ ਕੀਤੀ, ਦਿਨ ਰਾਤ ਉਹਨਾਂ ਇੱਕ ਕੀਤਾ ਹੈ, ਉਹਨਾਂ ਪਰਵਾਹ ਨਹੀਂ ਕੀਤੀ। ਉਹਨਾਂ ਦੇ ਸਰੀਰ ਵੀ ਕਮਾਈ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਹਜ਼ਰਤ ਬਹੁ ਸਾਹਿਬ ਨੇ ਬਾਣੀ 'ਚ ਫਰਮਾਇਆ, ਤਨ ਥੀ ਮਾਸ ਜੁਦਾ ਹੋਇਆ ਬਹੁ ਲੈਣ ਚਲਾਰੇ ਹੱਡੀਆਂ। ਇਹ ਵਾਕਿਆ ਹੀ ਜੋ ਕੁਛ ਉਹਨਾਂ ਨੇ ਹਜ਼ਰਤ ਬਹੁ ਸਾਹਿਬ ਨੇ ਕਿਹਾ ਇਹ ਹੋ ਜਾਂਦਾ ਹੈ। ਜਿਸ ਤਰ੍ਹਾਂ ਕੋਈ ਪੌਦਾ ਅਸੀਂ ਜ਼ਮੀਨ 'ਚ ਲਗਾਉਂਦੇ ਹਾਂ ਉਹ ਪੌਦਾ ਲਗਾਉਂਦਿਆਂ ਹੀ ਹਰਾ ਨਹੀਂ ਹੁੰਦਾ, ਉਹ ਪੀਲਾ ਹੋ ਜਾਂਦਾ, ਉਹਦੀ ਤਾਕਤ ਬਹੁਤ ਕਮਜ਼ੋਰ ਹੋ ਜਾਂਦੀ। ਔਰ ਜਦੋਂ ਉਸਨੂੰ ਜ਼ਮੀਨ ਦਾ ਰਸ ਮਿਲਦਾ ਹੈ, ਜਿਉਂ ਜਿਉਂ ਉਸਨੂੰ ਰਸ ਮਿਲੇਗਾ ਉਹਦੀ ਤਾਕਤ ਵਧਣਾ ਸ਼ੁਰੂ ਹੋ ਜਾਏਗੀ, ਔਰ ਫਿਰ
ਉਹ ਆਪਣੇ ਰੰਗ ਵਿੱਚ ਆ ਜਾਏਗਾ। ਹਜ਼ਰਤ ਬਹੁ ਸਾਹਿਬ ਜੀ ਜੋ ਬਾਣੀ ਚ ਫਰਮਾ ਰਹੇ ਔਰ ਠੀਕ ਫਰਮਾ ਰਹੇ, ਔਰ ਫਰੀਦ ਸਾਹਿਬ ਦੀ ਬਾਣੀ ਵੀ ਸਬੂਤ ਦਿੰਦੀ ਹੈ ਕਿ ਜਦੋਂ ਫਰੀਦ ਸਾਹਿਬ ਜੀ ਬੰਦਗੀ ਕਰਦਿਆਂ ਕਰਦਿਆਂ ਬੇਹੋਸ਼ ਹੋ ਗਏ, ਇਤਨੇ ਬੇਹੋਸ਼ ਹੋ ਗਏ, ਇਤਨੇ ਕਮਜ਼ੋਰ ਹੋ ਗਏ ਕਿ ਕਾਗ ਉਹਨਾਂ ਦੇ ਸਰੀਰ ਤੇ ਬੈਠ ਗਿਆ ਉਹਨਾਂ ਦਾ ਮਾਸ ਖਾਣ ਵਾਸਤੇ। ਕਾਗ ਇੱਕ ਦੁਨੀਆ ਵਿੱਚ ਜਿਤਨੇ ਵੀ ਪਰਿੰਦੇ ਹੈ ਸਭ ਤੋਂ ਜ਼ਿਆਦਾ ਚਲਾਕ ਹੈ। ਇੱਕ ਵਾਰ ਉਹ ਥੱਲੇ ਚੁੰਝ ਮਾਰਦਾ ਹੈ, 15 ਵਾਰ ਅੱਗੇ ਪਿੱਛੇ ਦੇਖਦਾ ਹੈ, ਔਰ ਉਸ ਵਕਤ ਉਸ ਕਾਗ ਨੂੰ ਕੀ ਮਾਲੂਮ ਹੋਇਆ ਕੀ ਦੇਖਿਆ ਹੋਏਗਾ? ਉਸਨੇ ਮੁਰਦਾ ਦੇਖਿਆ ਹੋਏਗਾ ਕਿ ਮੁਰਦਾ ਹੈ, ਜਿੰਦਾ ਨਹੀਂ, ਇਹ ਮਰਿਆ ਹੈ। ਜਦੋਂ ਉਸਦੇ ਸਰੀਰ ਤੇ ਬੈਠ ਗਿਆ ਤੇ ਫਰੀਦ ਸਾਹਿਬ ਨੇ ਆਵਾਜ਼ ਦਿੱਤੀ, ਹੋ ਕਾਗਾ ਤੂੰ ਮੇਰੇ ਸਰੀਰ ਦਾ ਮਾਸ ਖਾ ਲੈ ਪਰ ਮੇਰੀਆਂ ਅੱਖਾਂ ਨਾ ਛੇੜੀ। ਇਹਨਾਂ ਅੱਖਾਂ ਦੇ ਨਾਲ ਮੈਂ ਆਪਣੇ ਮਹਿਬੂਬ ਨੂੰ ਦੇਖਣਾ ਹੈ। ਫਿਰ ਦੂਜੀ ਵਾਰ ਕਿਹਾ, ਹੋ ਕਾਗਾ ਜਿਸ ਸਰੀਰ ਤੇ ਤੂੰ ਬੈਠਾ ਹੈ ਦੇਖੀ ਕਿਤੇ ਇਹ ਸਰੀਰ ਨੂੰ ਛੇੜੀ ਨਾ, ਇਹਦੇ ਵਿੱਚ ਮੇਰਾ ਭਗਵਾਨ, ਮੇਰਾ ਮਾਲਕ, ਮੇਰਾ ਖੁਦਾ ਵਸਦਾ ਹੈ, ਇਹਦੇ ਵਿੱਚ ਹੀ ਮੇਰਾ ਖੁਦਾ ਵਸਦਾ ਹੈ, ਇਸ ਕੋਠੇ ਨੂੰ ਢਾਈ ਨਾ। ਉਹਨਾਂ ਕਿਸੇ ਹੋਰ ਚੀਜ਼ ਵਿੱਚ ਨਹੀਂ ਦੱਸਿਆ, ਐਸੇ ਸਰੀਰ ਦੇ ਵਿੱਚ ਉਸ ਮਾਲਕ ਨੂੰ ਸਬੂਤ ਕੀਤਾ। ਜੋ ਕੁਛ ਵੀ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ, ਬਿਨਾ ਸ਼ਬਦ ਮਨ ਬਸ ਨਹੀਂ, ਤੁਮ ਸੁਰਤ ਕਰੋ ਅਬ ਸ਼ਬਦ ਕੀ, ਵੇ ਕਿਉਂ ਆਏ ਇਸ ਜਗਤ ਜਿਨ ਮਿਲੀ ਨਾ ਪੂੰਜੀ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਵੇ ਕਿਉਂ ਆਏ ਇਸ ਜਗਤ ਮੈਂ। ਭਾਈ ਇਸ ਜਗਤ ਵਿੱਚ ਕਿਉਂ ਰੂੰਗਾਂ ਆਈਆਂ? ਜਿਹਨਾਂ ਨੂੰ ਉਹ ਸ਼ਬਦ ਦਾ ਰਾਹ ਰਸਤਾ ਨਹੀਂ ਮਿਲਿਆ, ਜਿਹਨਾਂ ਨੇ ਉਹ ਸ਼ਬਦ ਦੀ ਕਮਾਈ ਨਹੀਂ ਕੀਤੀ, ਜਿਹਨਾਂ ਨੇ ਉਸ ਰਾਸ਼ੀ ਦਾ ਚੱਕਰ ਕੱਟਿਆ ਨਹੀਂ, ਉਹਨਾਂ ਦਾ ਦੁਨੀਆਂ 'ਚ ਆਉਣ ਦਾ ਕੀ ਫਾਇਦਾ ਹੋਇਆ? ਉਹ ਕਿਉਂ ਆਏ? ਕਈ ਵਾਰ ਹਜ਼ੂਰ ਇਹ ਫਰਮਾਉਂਦੇ ਹੁੰਦੇ ਸੀ, ਜੇ ਕਿਸੇ ਦੀ ਲਾਟਰੀ ਨਿਕਲੀ ਹੈ ਤਾਂ ਉਸਨੇ ਰਸਤੇ ਵਿੱਚ ਹੀ ਉਸ ਨੂੰ ਉਸ ਮਾਇਆ ਨੂੰ ਖਰਚ ਦਿੱਤਾ ਹੈ, ਸ਼ਰਾਬਾਂ ਪੀ ਲਈਆਂ, ਕੰਜਰਾਂ ਕਰ ਸੁੱਟ ਦਿੱਤੀ ਹੈ, ਜੂਆ ਖੇਡ ਲਿਆ, ਘਰ ਤੱਕ ਪਹੁੰਚਿਆ ਹੀ ਨਹੀਂ, ਤਾਂ ਕੀ ਫਾਇਦਾ ਉਸ ਲਾਟਰੀ ਦਾ? ਇਹਦੇ ਨਾਲੋਂ ਨਾ ਨਿਕਲਦੀ ਤਾਂ ਚੰਗੀ ਸੀ। ਇਸੇ ਤਰ੍ਹਾਂ ਜੇ ਸਾਨੂੰ ਇਹ ਜਨਮ ਮਿਲਿਆ ਤਾਂ ਇਸ ਜਨਮ ਦਾ ਅਸੀਂ ਫਾਇਦਾ ਕੀ ਲਿਆ? ਜੇ ਅਸੀਂ ਉਸ ਮਾਲਕ ਦੀ ਭਗਤੀ ਨਹੀਂ ਕੀਤੀ, ਆਪਣਾ 84 ਦਾ ਗੇੜ ਮੁਕਾਇਆ ਹੀ ਨਹੀਂ ਜੋ ਸਾਨੂੰ ਅੱਗੇ ਦੁੱਖ ਆਉਣੇ ਹੈ, ਤਾਂ ਅਸੀਂ ਕਾਹਦੇ ਵਾਸਤੇ ਆਏ? ਕੀ ਕੀਤਾ ਆ ਕੇ ਅਸੀਂ? ਸਵਾਮੀ ਜੀ ਮਹਾਰਾਜ ਜੋ ਬਾਣੀ ਜੀ ਫਰਮਾ ਰਹੇ ਠੀਕ ਫਰਮਾ ਰਹੇ, ਮੈਂ ਕਿਉਂ ਆਏ ਇਸ ਜਗਤ ਮੈਂ ਜਿਹਨੂੰ ਮਿਲੀ ਨਾ ਪਹੁੰਚੀ ਸ਼ਬਦ ਕੀ, ਜਿਹਨਾਂ ਨੂੰ ਸ਼ਬਦ ਦਾ ਰਾਹ ਰਸਤਾ ਨਹੀਂ ਮਿਲਿਆ, ਸ਼ਬਦ ਦੀ ਕਮਾਈ ਨਹੀਂ ਕੀਤੀ,
ਉਹ ਜੇ ਦੁਨੀਆਂ ਤੇ ਆਏ ਜੇ ਨਹੀਂ ਆਏ। ਦੁਨੀਆਂ ਤੇ ਹੋਰ ਵੀ ਜੀਵ ਆਏ, ਕੁੱਤੇ ਬਿੱਲੇ ਵੀ ਆਏ ਆ, ਕੀੜੇ ਮਕੌੜੇ ਵੀ ਆਏ ਆ, ਪਸ਼ੂ ਪਰਿੰਦੇ ਵੀ ਆਏ ਆ, ਉਹਨਾਂ ਦੇ ਵੀ ਧੀਆਂ ਪੁੱਤਰ ਹੋਏ ਆ, ਉਹ ਵੀ ਦੁਨੀਆਂ ਤੇ ਗੁਜ਼ਾਰਾ ਕਰਕੇ ਚਲਾ ਗਏ ਹੈ ਜੀ। ਅਸੀਂ ਵੀ ਇਸੇ ਤਰ੍ਹਾਂ ਬਗੈਰ ਬੰਦਗੀ ਦੇ ਅਸੀਂ ਵੀ ਚਲਾ ਗਏ ਤੇ ਸਾਡਾ ਤੇ ਉਹਨਾਂ ਦਾ ਕੀ ਫਰਕ ਹੋਇਆ? ਸਾਡਾ ਉਹਨਾਂ ਦਾ ਕੀ ਫਰਕ ਹੈ? ਸਾਡਾ ਇਹੀ ਫਰਕ ਹੈ ਜੇ ਅਸੀਂ ਪਰਮਾਤਮਾ ਦੀ ਭਗਤੀ ਕਰੀਏ, ਉਹ ਈਸ਼ਵਰ ਦਾ ਨਾਮ ਜਪੀਏ ਔਰ ਉਸ 84 ਦੇ ਚੱਕਰ ਚੋਂ ਨਿਕਲ ਜਾਈਏ, ਤਾਂ ਕਿ ਬਾਰੰਬਾਰ ਸਾਨੂੰ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਨਾ ਬਣਨਾ ਪਏ। ਫਿਰ ਅਸੀਂ ਇਨਸਾਨੀ ਜਾਮੇ ਦਾ ਕੁਛ ਨਾ ਕੁਛ ਫਾਇਦਾ ਲਿਆ, ਇਹਦਾ ਕੋਈ ਫਾਇਦਾ ਨਹੀਂ। ਬੰਦਾ ਬੰਦਗੀ ਦਾ ਨਹੀਂ ਤੋ ਥੈਲਾ ਗੰਦਗੀ ਦਾ। ਇਹ ਬੰਦਾ ਜਿਹੜਾ ਬੰਦਾ ਤਾਂ ਹੀ ਹੈ ਜੇ ਬੰਦਗੀ ਕਰੇਗਾ, ਜੇ ਨਾ ਕਰੇਗਾ ਤੇ ਕੀ ਹੈ ਬੰਦਾ? ਕੁਛ ਵੀ ਨਹੀਂ ਹੈਗਾ। ਹਰ ਬੰਦੇ ਦਾ ਕੰਮ ਜਿਹੜਾ ਹੈ ਉਹ ਕੰਮ ਹੀ ਉਸਦੀ ਸ਼ੋਭਾ ਹੈ, ਕੰਮ ਹੀ ਉਸਦੀ ਉਸਦਾ ਅਸਲੀ ਰਿਗਾਰਡ ਹੈ ਕਿ ਕੀ ਹੈ ਤੂੰ ਪਰਮਾਤਮਾ ਦੇ ਘਰ ਵੀ ਉਸਦਾ ਕੰਮ ਹੀ ਜਾ ਕੇ ਉਸ ਨੇ ਕੰਮ ਨਾ ਹੀ ਫਾਇਦਾ ਦੇਣਾ ਹੈਗਾ। ਜੇ ਨੇਕ ਪਾਕ ਕਰਮ ਕਰੇਗਾ ਤਾਂ ਈਸ਼ਵਰ ਦੇ ਘਰ ਵੀ ਉਹੀ ਫਾਇਦਾ ਦੇ। ਹਾਂਜੀ, ਵੇ ਕਿਉਂ ਆਏ ਇਸ ਜਗਤ ਜਿਨ ਮਿਲੀ ਨਾ ਪੂੰਜੀ ਸ਼ਬਦ ਕੀ, ਧੁਨ ਕੱਟ ਮੇ ਹਰ ਦਮ ਹੋ ਰਹੀ, ਕਿਉਂ ਸੁਨੇ ਨਾ ਬਾਣੀ ਸ਼ਬਦ ਕੀ। ਉਸੇ ਸ਼ਬਦ ਨੂੰ ਸਵਾਮੀ ਜੀ ਮਹਾਰਾਜ ਧੁਣ ਕਰਕੇ ਫਰਮਾਉਂਦੇ ਹੈ, ਉਹ ਸਾਡੇ ਅੰਦਰ 24 ਘੰਟੇ ਆ ਰਹੀ। ਧੁਨ ਕੱਟ ਮੈਂ ਸਵਾਮੀ ਜੀ ਮਹਾਰਾਜ ਫਰਮਾ ਰਹੇ ਕਿ ਹਰ ਦਮ ਹਰ ਵਕਤ ਹਰ ਘੜੀ ਆ ਰਹੀ, ਤੂੰ ਕਿਉਂ ਨਹੀਂ ਉਸ ਨੂੰ ਸੁਣਦਾ? ਤੇਰੇ ਅੰਦਰ ਆ ਰਹੀ ਹੈ, ਤੂੰ ਜਦ ਤੱਕ ਉਸ ਬਾਣੀ ਨੂੰ ਸੁਣੇਗਾ ਨਹੀਂ ਤੇਰੀ ਕਲਿਆਣ ਨਹੀਂ ਹੋਏਗੀ। ਪਰ ਜਿਹਨਾਂ ਦੇ ਅੰਦਰ ਉਹ ਬਾਣੀ ਆਉਂਦੀ ਉਹ 24 ਘੰਟੇ ਉਸ ਨੂੰ ਸੁਣਦੇ ਹੈ ਔਰ ਉਸ ਤੋਂ ਵਿਛੜਦੇ ਨਹੀਂ। ਸ਼ਬਦ ਮਿਲੇ ਨਾ ਵਿਛੜੇ, ਫਿਰ ਕੇ ਅੰਗ ਸਮਾਏ। ਜਦੋਂ ਉਸ ਸ਼ਬਦ ਦੇ ਨਾਲ ਮਿਲਦੇ ਹੈ ਉਹ ਫਿਰ ਵਿਛੜਦੇ ਨਹੀਂ। ਲੱਖਾਂ ਤੂਫਾਨ ਦੁਨੀਆਂ ਦੇ ਆਉਂਦੇ ਹੈ, ਲੱਖਾਂ ਉਹਨਾਂ ਨੂੰ ਮੁਸ਼ਕਲਾਂ ਆ ਜਾਂਦੀਆਂ ਨੇ, ਲੇਕਿਨ ਉਹਨਾਂ ਮੁਸ਼ਕਲਾਂ ਦੇ ਨਾਲ ਮੁਕਾਬਲਾ ਕਰਦੇ ਹੈ, ਉਹ ਗਿਰਦੇ ਨਹੀਂ ਔਰ ਉਸ ਸ਼ਬਦ ਨੂੰ ਵਿਛੜਦੇ ਨਹੀਂ। ਇੱਕ ਦਿਨ ਆਪਣੇ ਮਾਲਕ ਦੇ ਪਾਸ ਚਲੇ ਜਾਂਦੇ, ਆਪਣੇ ਮਾਲਕ ਦੇ ਨਾਲ ਮਿਲ ਜਾਂਦੇ। ਸਵਾਮੀ ਜੀ ਮਹਾਰਾਜ ਜੋ ਕੁਛ ਬਾਣੀ 'ਚ ਫਰਮਾ ਰਿਹਾ ਠੀਕ ਫਰਮਾ ਰਿਹਾ ਕਿ ਉਹ ਧੁਨ ਤੇਰੇ ਘੱਟ ਦੇ ਵਿੱਚ ਦਿਨ ਤੇ ਰਾਤ ਆ ਰਹੀ। ਹਜ਼ਰਤ ਬਹੁ ਸਾਹਿਬ ਨੇ ਬਾਣੀ 'ਚ ਫਰਮਾਇਆ ਹੈ, ਸ਼ਬਦ ਨੇ ਸਾਨੂੰ ਇਸ਼ਕ ਨੇ ਸਾਨੂੰ ਲਿਸਿਆ ਜਾਂਦਾ ਬੈਠਾ ਆਨ ਮੁਆੜੀ ਹੂ, ਨਾ ਸੌਵੇ ਨਾ ਸੌਣ ਦੇ ਜਿਵੇਂ ਬਾਲ ਰਿਆੜੀ। ਜਿਸ ਤਰ੍ਹਾਂ ਇੱਕ ਛੋਟਾ ਬੱਚਾ ਰੋਂਦਾ ਹੈ ਉਹ ਚੁੱਪ ਨਹੀਂ ਕਰਦਾ, ਉਹਨੂੰ ਆਮ ਕਰਦੇ ਕਹਿੰਦੇ ਰਿਆੜ ਪੜ ਗਿਆ ਹੁਣ ਇਸ ਨੇ ਚੁੱਪ ਨਹੀਂ ਕਰਨਾ, ਇਸ ਨੇ ਆਪਣਾ ਦੌਰ ਪੂਰਾ ਕਰਕੇ ਚੁੱਪ ਕਰਨਾ। ਇਸੇ ਤਰ੍ਹਾਂ ਹਜ਼ਰਤ ਬਹੁ ਜੀ ਸਮਝ ਆਪਣੇ ਬਾਣੀ ਦੇ ਵਿੱਚ ਫਰਮਾਉਂਦੇ ਹੈ ਕਿ ਮੇਰੇ ਅੰਦਰ ਉਹ ਸ਼ਬਦ ਉਹ ਬਾਣੀ ਜਿਹੜੀ ਆ ਰਹੀ ਹੈ ਧੁਣ ਆ ਰਹੀ ਹੈ ਉਹ ਇਤਨੀ ਆ ਰਹੀ ਹੈ ਕਿ ਨਾ ਉਹ ਆਪ ਸੌਂਦੀ ਹੈ ਨਾ ਮੈਨੂੰ ਸੌਂਦੀ।
ਨਾ ਉਹ ਸੌਂਦੀ ਹੈ ਨਾ ਸੌਣ ਦਿੰਦੀ ਹੈ, ਉਹ 24 ਘੰਟੇ ਅੰਦਰ ਆ ਰਹੀ ਹੈ। ਉਸ ਸ਼ਬਦ ਦੇ ਬਾਰੇ ਸਵਾਮੀ ਜੀ ਮਹਾਰਾਜ ਫਰਮਾ ਰਹੇ ਹੈ ਕਿ ਭਾਈ ਉਹ ਧੁਨ ਤੇਰੇ ਅੰਦਰ ਆ ਰਹੀ ਹੈ, ਤੂੰ ਕਿਉਂ ਨਹੀਂ ਉਸ ਨੂੰ ਸੁਣਦਾ? ਉਹਦੇ ਵਾਸਤੇ ਜੰਗਲਾਂ ਪਹਾੜਾਂ 'ਚ ਨਹੀਂ ਜਾਣਾ, ਉਹਦੇ ਵਾਸਤੇ ਦਰਿਆਵਾਂ ਮੂਰਤਾਂ 'ਚ ਨਹੀਂ ਜਾਣਾ, ਉਸ ਦੇ ਵਾਸਤੇ ਕਿਸੇ ਹੋਰ ਜਗ੍ਹਾ ਨਹੀਂ। ਤੂੰ 2-2.5 ਘੰਟੇ ਜਿਸ ਤਰ੍ਹਾਂ ਸੰਤ ਮਹਾਂਪੁਰਖ ਤਰੀਕਾ ਦੱਸਦੇ ਆ, ਜਿਹੜੇ ਸ਼ਬਦ ਜਿਨ੍ਹਾਂ ਦੀ ਸ਼ਬਦ ਦੀ ਕਮਾਈ ਕੀਤੀ ਹੈ ਜਿਨ੍ਹਾਂ ਨੇ, ਉਹ ਤੈਨੂੰ ਜੋ ਵੀ ਦੱਸਦੇ ਹੈ ਉਸ ਤਰੀਕੇ ਨਾਲ ਬੈਠਣ ਦੀ ਕੋਸ਼ਿਸ਼ ਕਰ ਔਰ ਉਸ ਸ਼ਬਦ ਨੂੰ ਸੁਣ। ਜਦ ਤੂੰ ਉਸ ਸ਼ਬਦ ਨੂੰ ਸੁਣੇਗਾ ਤਾਂ ਤੇਰੀ ਰੂਹ ਆਤਮਾ ਉਸਦੇ ਨਾਲ ਜਦ ਮਿਲ ਜਾਏਗੀ, ਉਹ ਸ਼ਬਦ ਸੱਚਖੰਡ ਦੇਸ਼ 'ਚੋਂ ਆਉਂਦਾ ਹੈ ਔਰ ਜਾਂਦਾ ਹੈ। ਇੱਕ ਦਿਨ ਜ਼ਰੂਰ ਤੂੰ ਵੀ ਆਪਣੇ ਦੇਸ਼ ਚਲਾ ਜਾਏਗਾ। ਜਿਤਨੇ ਵੀ ਸੰਤ ਮਹਾਂਪੁਰਖ ਆਏ ਹੈ ਉਹਨਾਂ ਨੇ ਉਸੇ ਤਾਕਤ ਦਾ ਇਸ਼ਾਰਾ ਦਿੱਤਾ ਹੈ। ਹਾਂਜੀ, ਧੁਨ ਖੱਟ ਮੇ ਹਰ ਦਮ ਹੋ ਰਹੀ, ਕਿਉਂ ਸੁਣੇ ਨਾ ਬਾਣੀ ਸ਼ਬਦ ਕੀ, ਤੂੰ ਬੈਠ ਅਕੇਲਾ ਧਿਆਨ ਧਾਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਸਵਾਮੀ ਜੀ ਮਹਾਰਾਜ ਤਰੀਕਾ ਵੀ ਦੱਸ ਰਿਹਾ ਹੈ ਕਿ ਮਹਿਫਲਾਂ ਦਾ ਕੰਮ ਨਹੀਂ ਹੈ, ਇਹ ਪਾਰਟੀਆਂ ਦਾ ਕੰਮ ਨਹੀਂ ਹੈ। ਤੂੰ ਬੈਠ ਅਕੇਲਾ ਧਿਆਨ ਧਾਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਐ ਪੁਰਸ਼ ਤੂੰ ਕੱਲਾ ਬੈਠ, ਕੱਲਾ ਬੈਠ ਕੇ ਧਿਆਨ ਧਾਰ, ਤਾਂ ਫਿਰ ਤੈਨੂੰ ਕੁਛ ਨਾ ਕੁਛ ਸ਼ਬਦ ਦੀ ਨਿਸ਼ਾਨੀ ਮਿਲੇਗੀ। ਪਰ ਰੋਜ਼ ਰੋਜ਼ ਬੈਠ, ਰੋਜ਼ ਰੋਜ਼ ਕੋਰਸ ਕਰ। ਇਹ ਮਹਿਫਲਾਂ ਦਾ ਕੰਮ ਨਹੀਂ ਕਿ ਅਸੀਂ ਮਹਿਫਲਾਂ 'ਚ ਬੈਠ ਕੇ ਉਸ ਸ਼ਬਦ ਨੂੰ ਸੁਣ ਸਕਾਂਗੇ, ਪਾਰਟੀਆਂ 'ਚ ਬੈਠ ਕੇ ਸੁਣ ਸਕਾਂਗੇ। ਨਹੀਂ, ਜੋ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਿਹਾ ਹੈ ਉਹ ਆਪਣੇ ਤਜਰਬੇ ਦੱਸ ਰਿਹਾ ਹੈ ਕਿ ਅਗਰ ਉਸ ਸ਼ਬਦ ਨੂੰ ਤੁਸੀਂ ਸੁਣਨਾ ਹੈ ਤੇ ਤੁਹਾਨੂੰ ਇਕੱਲਿਆਂ ਬੈਠਣਾ ਪਏਗਾ ਔਰ ਇਕੱਲਿਆਂ ਬੈਠ ਕੇ ਉਹ ਧਿਆਨ ਧਰਨਾ ਪਏਗਾ, ਅੰਦਰ ਧਿਆਨ ਧਰ। ਹਾਂਜੀ, ਤੂੰ ਬੈਠ ਅਕੇਲਾ ਧਿਆਨ ਧਾਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ, ਤਜ ਆਲਸ ਨਿੰਦਰਾ ਕਾਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਸਾਡੀ ਲਗਨ ਜਿਹੜੀ ਹੈ, ਲਗਨ ਇੱਕ ਪਿਆਰ ਨੂੰ ਕਿਹਾ ਜਾਂਦਾ ਹੈ। ਜੇ ਸਾਡੀ ਲਗਨ ਕਿਸੇ ਚੋਰੀ ਨੂੰ ਲੱਗੀ ਹੈ ਤਾਂ ਦਿਨ ਰਾਤ ਚੋਰ ਜਾਗਦਾ ਨਹੀਂ, ਉਹਨੂੰ ਨੀਂਦ ਆਉਂਦੀ ਹੈ। ਲੋਕ ਸੁੱਤੇ ਹੁੰਦੇ ਆ, ਉਹ ਜਾਗਦਾ ਹੁੰਦਾ ਹੈ। ਕਿਸੇ ਕੰਮ ਦੀ ਸਾਡੀ ਲਗਨ ਹੈ ਤੇ ਅਸੀਂ ਉਹ ਕੰਮ 'ਤੇ ਸੌਂਦੇ ਹਾਂ ਜਾ ਕੇ, ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਤੂੰ ਲਗਨ ਲਗਾ ਲੈ ਔਰ ਸ਼ਬਦ, ਔਰ ਸ਼ਬਦ ਦੇ ਨਾਲ ਪਿਆਰ ਪਾ ਲੈ ਔਰ ਸ਼ਬਦ ਦੀ ਮਿਹਨਤ ਕਰ, ਅਤੇ ਆਲਸ਼ ਔਰ ਨਿੰਦਰਾ ਅਤੇ ਕਾਲੀ ਤਜ ਦੇ।
ਇਹ ਬਹੁਤ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਭਜਨ ਸਿਮਰ ਤੋਂ ਪਿੱਛੇ ਰੱਖਦੀਆਂ। ਸਾਨੂੰ ਆਲਸ ਆ ਜਾਂਦਾ ਹੈ, ਵਕਤ ਵੀ ਹੁੰਦਾ ਹੈ ਭਜਨ ਦਾ, ਸਾਡਾ ਇਰਾਦਾ ਵੀ ਹੁੰਦਾ ਹੈ ਬੈਠਣ ਦਾ, ਇਰਾਦਾ ਵੀ ਹੁੰਦਾ, ਅਸੀਂ ਸੋਚਦੇ ਵੀ ਹਾਂ ਕਿ ਅਸੀਂ ਭਜਨ ਬੈਠਣਾ ਹੈ, ਤੋ ਆਲਸ ਸਾਨੂੰ ਐਸਾ ਇੱਕ ਜੰਜਾਲ ਪਾ ਲੈਂਦਾ ਹੈ ਕਿ ਅਜੇ ਤਾਂ ਰਾਤ ਹੀ ਬੜੀ ਹੈ, ਬੈਠੇ ਦੇ ਹਾਂ, ਕੋਈ ਗੱਲ ਨਹੀਂ ਹੈਗੀ। ਚਲੋ ਫਿਰ ਅਸੀਂ ਉਧਰੋਂ ਨੀਂਦ ਆ ਜਾਂਦੀ ਹੈ, ਉਹ ਨੀਂਦ ਆਪਣਾ ਦੌਰ ਪੂਰਾ ਕਰ ਲੈਂਦੀ ਹੈ। ਜਦੋਂ ਨੀਂਦ ਆ ਗਈ ਉਧਰੋਂ ਦਿਨ ਚੜ ਜਾਂਦਾ ਹੈਗਾ, ਦਿਨ ਮੁੱਕ ਗਿਆ, ਫਿਰ ਸਾਨੂੰ ਕਾਹਲੀ ਪੈ ਗਈ ਦੁਨੀਆਂ ਦੇ ਕੰਮਾਂ ਦੀ। ਫਿਰ ਅਸੀਂ ਬਹੁਤ ਸਾਰੇ ਪ੍ਰੇਮੀ ਕੀ ਕਰਦੇ ਹਾਂ, ਫੋਟੋ ਹਰ ਘਰ 'ਚ ਲੱਗੇ ਹੁੰਦੇ ਹੈ, ਅਸੀਂ ਜਾ ਕੇ ਫਿਰ ਹਰ ਬੰਦੇ ਨੂੰ ਜੋ ਜਿਹਦੇ ਪਾਸ ਨਾਮ ਹੈ ਉਹਨੂੰ ਥੋੜ੍ਹੀ ਬਹੁਤੀ ਚਿੰਤਾ ਤਾਂ ਹੁੰਦੀ ਹੈ ਕਿ ਮੈਂ ਭਜਨ ਨਹੀਂ ਕੀਤਾ, ਅੱਜ ਰਾਤ ਮੇਰੀ ਇੱਦਾਂ ਲੰਘ ਗਈ ਹੈ। ਫਿਰ ਅਸੀਂ ਫੋਟੋਆਂ ਦਾ ਅੱਗੇ ਫਰਿਆਦ ਕਰਦੇ ਹਾਂ, ਸੱਚਿਆ ਪਾਤਸ਼ਾਹ ਅੱਜ ਤਾਂ ਨਹੀਂ ਅਤੇ ਕੱਲ੍ਹ ਮੈਂ ਜ਼ਰੂਰ ਭਜਨ ਕਰਾਂਗਾ, ਅੱਜ ਮਾਫ਼ੀ ਦੇ ਦੇ, ਅੱਜ ਨਹੀਂ ਮੇਰਾ ਟਾਈਮ ਲੱਗਾ ਅਤੇ ਕੱਲ੍ਹ ਜ਼ਰੂਰ ਮੈਂ ਬੈਠਾਂਗਾ, ਅੱਜ ਤੂੰ ਮਾਫ਼ੀ ਦੇ ਦੇ। ਇਹ ਅਸੀਂ ਜਾ ਕੇ ਬੇਨਤੀਆਂ ਕਰਦੇ ਹਾਂ, ਮਾਫ਼ੀਆਂ ਮੰਗਦੇ ਹਾਂ। ਫਿਰ ਭਾਈ ਨਹੀਂ, ਸਾਨੂੰ ਰੋਜ਼ ਦਾ ਰੋਜ਼ ਸਾਡਾ ਜਿਹੜਾ ਦਿਨ ਲੰਘ ਗਿਆ ਲੰਘ ਗਿਆ, ਉਹ ਮੁੜ ਕੇ ਸਾਡੇ ਪਾਸ ਨਹੀਂ ਆਉਣਾ, ਸਾਡੀ ਜ਼ਿੰਦਗੀ ਦਾ ਕੱਟ ਗਿਆ ਦਿਨ। ਉਹ ਸਾਡੀ ਜ਼ਿੰਦਗੀ 'ਚ ਕਿੱਦਾਂ, ਜਿੱਦਾਂ 100 ਰੁਪਈਆ ਦਾ 1 ਰੁਪਈਆ ਵਿੱਚੋਂ ਨਿਕਲ ਗਿਆ, 100 ਕਿੱਦਾਂ ਬਣੇਗਾ, 100 ਬਣ ਨਹੀਂ ਸਕਦਾ, 99 ਰਹਿ ਗਏ। ਉਹ 100 ਬਣ ਨਹੀਂ ਸਕਦਾ, ਅਸੀਂ ਕਹੀਏ 100 ਬਣ ਜਾਏ, ਕਿੱਦਾਂ ਬਣ ਜਾਏਗਾ। ਜਿਹੜਾ ਸਾਡੀ ਜ਼ਿੰਦਗੀ 'ਚੋਂ ਦਿਨ ਲੰਘ ਗਿਆ ਉਹ ਲੰਘ ਗਿਆ, ਉਹ ਘਟ ਗਿਆ। ਇਸ ਵਾਸਤੇ ਸੰਤ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਰਾਤਾਂ ਸਤਿਗੁਰ ਬਿਨ ਗੁਜ਼ਾਰੀਆਂ ਉਹ ਰਾਤਾਂ ਮੁਜ਼ਰੇ ਨਹੀਂ, ਉਹ ਰਾਤਾਂ ਆਉਣੀਆਂ, ਉਹ ਤੇਰੀਆਂ ਰਾਤਾਂ ਲਿਖਤ ਵਿੱਚ ਨਹੀਂ ਆਉਣੀਆਂ। ਤੂੰ ਕੁਛ ਨਾ ਕੁਛ, ਕੁਛ ਨਾ ਕੁਛ ਉਹਨਾਂ ਰਾਤਾਂ ਦਾ ਫਾਇਦਾ ਲੈ, ਉੱਠ ਕੇ ਧਿਆਨ ਧਾਰ ਉਸ ਪਰਮਾਤਮਾ ਦਾ, ਕੁਛ ਨਾ ਕੋਈ ਫਾਇਦਾ ਲੈ। ਜਿਤਨਾ ਵੀ ਟਾਈਮ ਲੱਗਦਾ ਹੈ ਤੂੰ ਉੱਧਰ ਲਾਉਣ ਦੀ ਕੋਸ਼ਿਸ਼ ਕਰ। ਹਾਂਜੀ, ਤਾਜੇ ਆਲਸ ਨਿੰਦਰਾ ਕਾਲੀ ਤੂੰ ਲਗਨ ਲਗਾ ਲੈ ਸ਼ਬਦ ਕੀ। ਸਾਡੀ ਲਗਨ ਵਿੱਚ ਹੀ ਫਰਕ ਹੈ, ਪਿਆਰ ਵਿੱਚ ਫਰਕ ਹੈ। ਜੇ ਸਾਡੀ ਪੂਰੀ ਲਗਨ ਲੱਗੇ ਫਿਰ ਸਾਨੂੰ ਨੀਂਦ ਵੀ ਨਹੀਂ ਆਉਂਦੀ ਔਰ ਆਲਸ ਵੀ ਨਹੀਂ ਆਉਂਦਾ, ਜੇ ਸਾਡੀ ਪੂਰੀ ਲਗਨ ਹੋਵੇ ਤਾਂ। ਹਾਂਜੀ, ਪਾਂਚ ਸ਼ਬਦ ਘੱਟ ਮੇਂ ਬਜੇ ਯੇ ਨਿਰਨੇ ਕਰ ਲੈ ਸ਼ਬਦ ਕੀ। ਸਵਾਮੀ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਪਾਂਚ ਸ਼ਬਦ ਘੱਟ ਮੇਂ ਬਜੇ ਤੂੰ ਨਿਰਣੇ ਕਰ ਲੈ ਸ਼ਬਦ ਕੀ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਡੇ ਅੰਦਰ 5 ਸ਼ਬਦ ਨੇ ਤਾਂ ਅਸੀਂ ਨਿਰਣੇ ਕੀ ਕਰਨਾ ਉਹਨਾਂ ਦਾ? ਨਹੀਂ, ਸਾਡੇ ਅੰਦਰ ਸ਼ਬਦ ਹੋਰ ਵੀ ਬੜੇ ਹੈ, ਉਹ ਤੱਤਾਂ ਦੇ ਸ਼ਬਦ ਨੇ, ਅੰਦਰ ਸ਼ਬਦ ਤੱਤਾਂ ਦੇ ਸ਼ਬਦ ਅੰਦਰ ਆ ਰਹੇ ਹੈ। ਜਿਸ ਤਰ੍ਹਾਂ ਅਸੀਂ ਕਿਸੇ ਮੇਲੇ ਵਿੱਚ ਸ਼ਹਿਰ ਬਾਜ਼ਾਰ 'ਚ ਜਾਂਦੇ ਹਾਂ ਜਾਂ ਕਿਸੇ ਮੇਲੇ ਵਿੱਚ ਜਾਂਦੇ ਹਾਂ, ਤੋ ਮਾਰੇ ਮਾਰੇ ਅਸੀਂ ਫਿਰਦੇ ਹਾਂ, ਜਦੋਂ ਸਾਡਾ ਕੋਈ ਵਾਕਬਕਾਰ ਬੰਦਾ ਲੱਭਦਾ ਹੈ ਅਸੀਂ ਉਹਦੇ ਪਾਸ ਖਲੋ ਜਾਂਦੇ ਹਾਂ,
ਹਜ਼ਾਰਾਂ ਬੰਦਿਆਂ ਦੇ ਵਿੱਚੋਂ ਅਸੀਂ ਉਸ ਬੰਦੇ ਦੀ ਪਛਾਣ ਕਰ ਲੈਂਦੇ ਹਾਂ। ਇਸੇ ਤਰ੍ਹਾਂ ਹਜ਼ਾਰਾਂ ਆਵਾਜ਼ਾਂ ਜਿਹੜੀਆਂ ਨੇ ਤੱਤਾਂ ਦੀਆਂ ਆ ਰਹੀਆਂ ਨੇ, ਜਿਹੜੀਆਂ ਸਾਨੂੰ ਕੋਈ ਫਾਇਦਾ ਨਹੀਂ ਦੇ ਸਕਦੀਆਂ, ਉਹ ਖਤਮ ਹੋਣ ਵਾਲੀਆਂ ਨੇ। ਉਹਨਾਂ ਦੀ ਮਨਿਆਦ ਬਹੁਤ ਥੋੜ੍ਹੀ ਹੈ, ਛੋਟੀ ਹੈ। ਉਹਨਾਂ ਆਵਾਜ਼ਾਂ ਦੇ ਵਿੱਚ ਹੀ ਉਹ ਪੰਜ ਜਿਹੜੀਆਂ ਸ਼ਬਦ ਨੇ ਜੋ ਸਵਾਮੀ ਜੀ ਮਹਾਰਾਜ ਫਰਮਾ ਰਹੇ ਨੇ, ਜਿਹਨਾਂ ਨੂੰ ਅਸੀਂ ਨਿਰਣੇ ਕਰਨਾ ਹੈ, ਉਹ ਸ਼ਬਦ ਉਹਨਾਂ ਦੇ ਵਿੱਚ ਹੀ ਨੇ। ਪਰ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਸ਼ਬਦਾਂ ਨੂੰ ਤਾਲਣਾ ਹੈ, ਉਹਨਾਂ ਦੇ ਵੱਲ ਅਸੀਂ ਧਿਆਨ ਕਰਨਾ ਹੈ। ਜਦੋਂ ਸਾਨੂੰ ਉਹ ਸ਼ਬਦ ਉਹ ਆ ਜਾਣ, ਫਿਰ ਅਸੀਂ ਉਹਨਾਂ ਦਾ ਧਿਆਨ ਕਰਨਾ, ਉਹਨਾਂ ਨੂੰ ਸੁਣਨਾ, ਉਹਨਾਂ ਨੂੰ ਛੱਡਣਾ ਨਹੀਂ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਨੇ ਕਿ ਉਹ ਤੇਰੇ ਅੰਦਰ ਆ ਰਹੇ ਸ਼ਬਦ, ਔਰ ਤੂੰ ਉਹਨਾਂ ਨੂੰ ਨਿਰਣੇ ਕਰਨਾ ਹੈ। ਬੇਸ਼ੁਮਾਰ ਤੱਤਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਿ ਜਿਹਨਾਂ ਆਵਾਜ਼ਾਂ ਨੂੰ ਸੁਣ ਕੇ ਜੋਗੀ ਜੁਗੀਛੇ ਸਾਹਿਬ ਜਾਣੇ ਭੁੱਲ ਗਏ ਔਰ ਮਸਤ ਹੋ ਗਏ, ਲੇਕਿਨ ਉਹਨਾਂ ਆਵਾਜ਼ਾਂ ਨੇ ਉਹਨਾਂ ਨੂੰ ਵਾਪਸ ਮੁੜ ਕੇ ਪਿਛਾਂ ਲਿਆਂਦਾ, ਉਹਨਾਂ ਨੂੰ ਅੱਗੇ ਨਹੀਂ ਗਏ। ਜੇ ਕਦੀ ਉਹ ਸੱਚੀ ਆਵਾਜ਼ ਨੂੰ ਸੁਣਦੇ, ਉਸ ਸੱਚੇ ਸ਼ਬਦ ਨਾਲ ਪਿਆਰ ਹੁੰਦਾ, ਤਾਂ ਫਿਰ ਉਹ ਵਾਪਸ ਨਹੀਂ ਆਉਂਦੇ। ਬੜੇ ਬੜੇ ਰਿਸ਼ੀ ਮੁਨੀ, ਬੜੇ ਬੜੇ ਤਪੱਸੀ, ਜਿਹਨਾਂ ਨੇ ਤਪੱਸਿਆ ਕੀਤੀਆਂ, ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ, ਇੱਕ ਰਿਸ਼ੀ ਨੇ ਇੱਕ ਦਰਿਆ ਟੱਪਣਾ ਸੀ ਅਤੇ ਮਲਾਹ ਨੂੰ ਕਿਹਾ ਕਿ ਮੈਨੂੰ ਦਰਿਆ ਟਪਾ ਦੇ। ਉੱਧਰ ਮਲਾਹ ਦੀ ਲੜਕੀ ਆਈ ਰੋਟੀ ਲੈ ਕੇ, ਮਲਾਹ ਨੇ ਕਿਹਾ ਖਾਣਾ ਖਾ ਕੇ ਫਿਰ ਮੈਂ ਟਪਾਉਂਦਾ। ਉਹ ਕਵੇ ਮੈਨੂੰ ਜਲਦੀ ਟਪਾ ਦੇ। ਮਲਾਹ ਦੀ ਲੜਕੀ ਨੇ ਕਿਹਾ ਕਿ ਪਿਤਾ ਜੀ ਮੈਂ ਛੱਡ ਆਉਂਦੀ, ਜੋ ਮਾਂ ਪਿਓ ਕੰਮ ਕਰਦੇ ਧੀਆਂ ਪੁੱਤਰ ਵੀ ਕਰਦੇ ਆ। ਜਦੋਂ ਉਹ ਦਰਿਆ ਦੇ ਵਿੱਚ ਲੜਕੀ ਲੈ ਕੇ ਕਿਸੀ ਗਈ ਤਾਂ ਰਿਸ਼ੀ ਬੇਈਮਾਨ ਹੋ ਗਿਆ, ਕਿਉਂਕਿ ਮਨ ਵੱਸ ਨਹੀਂ ਆਇਆ, ਉਹ ਰਿਧੀਆਂ ਸਿੱਧੀਆਂ ਸੀ, ਸ਼ਬਦ ਦੀ ਲੱਜਤ ਨਹੀਂ। ਜੇ ਸ਼ਬਦ ਦੀ ਲੱਜਤ ਲਈ ਹੁੰਦੀ ਤਾਂ ਫਿਰ ਇਹ ਬਾਹਰਲੀਆਂ ਲੱਜਤਾਂ ਜਿਹੜੀਆਂ ਇੱਧਰ ਨਹੀਂ ਸੀ ਜਾਂਦਾ। ਉਸ ਲੜਕੀ ਨੇ ਕਿਹਾ ਉਹ ਰਿਸ਼ੀ ਇਹ ਜਲ ਦੇਵਤਾ ਦੇਖਦਾ ਹੈ, ਗਵਾਹੀ ਦੇਗਾ ਦਰਗਾਹ 'ਚ ਸਾਡੀ। ਅਤੇ ਰਿਸ਼ੀ ਨੇ ਸਰਾਫ ਦੇ ਕੇ ਉਹ ਬਰੇਤੀ ਕਰ ਦਿੱਤੀ। ਦੇਖੋ ਕਿੱਡੀ ਵੱਡੀ ਤਾਕਤ ਰਿਧੀਆਂ ਸਿੱਧੀਆਂ ਦੀ, ਪਰ ਮਨ ਨੂੰ ਨਹੀਂ ਥੰਮ ਸਕਿਆ। ਇੱਕ ਦਰਿਆ ਦੀ ਬਰੇਤੀ ਬਣਾ ਦਿੱਤੀ, ਲੇਕਿਨ ਮਨ ਨੂੰ ਨਹੀਂ ਥੰਮ ਸਕਿਆ। ਔਰ ਰਿਸ਼ੀ ਇਹ ਸੂਰਜ ਦੇਵਤਾ ਦੇਖ ਰਿਹਾ, ਇਹ ਸਾਡੀ ਗਵਾਹੀ ਦੇਗਾ ਦਰਗਾਹ 'ਚ। ਜਾ ਤੰਦੂ ਤਾਰਾ ਹੋ ਜਾ, ਸੂਰਜ ਜਿਹੜਾ ਸੀ ਤੰਦੂ ਤਾਰਾ ਹੋ ਗਿਆ, ਸੂਰਜ ਛੱਪ ਗਿਆ ਸ਼ਰਾਬ ਦੇ ਨਾਲ, ਪੂਰੀ ਦੀਆਂ ਸਿੱਧੀਆਂ ਦੇ ਨਾਲ, ਪਰ ਮਨ ਨੂੰ ਨਹੀਂ ਥੰਮ ਸਕਿਆ। ਔਰ ਇਸੀ ਅਸੀਂ ਮੱਛੀਆਂ ਖਾਣ ਵਾਲੇ ਮਾਛੀ ਹੁੰਦੇ ਹਾਂ, ਸਾਡੇ ਮੂੰਹ 'ਚੋਂ ਬੜੀ ਬਦਬੋ ਆਉਂਦੀ ਹੈ, ਉਹਨੇ ਸ਼ਰਾਬ ਦਿੱਤਾ, ਜਾ ਜੋ ਜਨ ਗੰਧਾਰੀ ਹੋ ਜਾ ਤੇਰੇ ਮੂੰਹ 'ਚੋਂ, ਵਾਸ਼ਨਾ ਆਉਣਾ ਸ਼ੁਰੂ ਹੋ ਗਈ। ਲੇਕਿਨ ਮਨ ਨੂੰ ਵੱਸ ਨਹੀਂ ਕੀਤਾ, ਮਨ ਨੂੰ ਨਹੀਂ ਥੰਮ ਸਕੇ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਿਹਾ, ਬਗੈਰ ਸ਼ਬਦ ਦੀ ਕਮਾਈ ਦੇ ਇਹ ਮਨ ਵੱਸ ਨਹੀਂ ਆ ਸਕਦਾ। ਜਿਤਨੇ ਮਰਜ਼ੀ ਕੋਈ ਤਪੱਸਿਆ ਕਰ ਲਏ, ਕੋਈ ਜਗ ਮੋਸ਼ੇ ਕਰ ਲਏ, ਤੀਰਥ ਯਾਤਰਾ ਕਰ ਲਏ,
ਜਿੰਨੇ ਮਰਜ਼ੀ ਗਿਆਨ ਕਰ ਲਵੇ ਇਹ ਮਨ ਵਸ ਨਹੀਂ ਆਏਗਾ। ਮਨ ਵਸ ਕਰਨ ਵਾਸਤੇ ਇਸ ਦੀ ਕੋਰਸ ਦੀ ਜ਼ਰੂਰਤ ਹੈ, ਜ਼ਿੰਦਗੀ ਦੀ ਜ਼ਰੂਰਤ ਹੈ ਕਿ ਜ਼ਿੰਦਗੀ ਦਾ ਕੋਰਸ ਚਾਹੀਦਾ, ਫਿਰ ਵੀ ਮੁਰਸ਼ਦ ਦੇ ਕਹਿਣੇ ਮੁਤਾਬਕ ਆਪਣੀ ਮਰਜ਼ੀ ਨਾਲ ਨਹੀਂ। ਉਹ ਮੁਰਸ਼ਦ ਦੀ ਸ਼ਬਦ ਵਿਆਸੀ ਹੋਵੇ, ਜਿਸਨੇ ਸ਼ਬਦ ਦੀ ਕਮਾਈ ਕੀਤੀ ਹੋਗੀ, ਉਹਦਾ ਆਸਰਾ ਲੈ ਕੇ ਤੁਰੇ ਸਿੱਖ ਫਿਰ ਬਚ ਸਕਦਾ ਹੈ, ਜੇ ਆਪਣੇ ਆਪ ਕਹੇ ਤੇ ਫਿਰ ਨਹੀਂ। ਇਹ ਮੁਰਸ਼ਦ ਦਾ ਆਸਰਾ ਲੈ ਕੇ ਤੁਰੇ। ਹਾਂਜੀ, ਪਾਂਚ ਸ਼ਬਦ ਕੱਟ ਮੈਂ ਬਜੇ ਯੇ ਨਿਰਣੇ ਕਰ ਲੈ ਸ਼ਬਦ ਕੀ ਗੁਰ ਗਿਆਨ ਬਤਾਇਆ ਸ਼ਬਦ ਕਾ ਤੂੰ ਹੋ ਜਾ ਧਿਆਨੀ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਿਹਾ ਕਿ ਸਤਿਗੁਰ ਨੇ ਇਹ ਸ਼ਬਦ ਦਾ ਗਿਆਨ ਤੈਨੂੰ ਪੂਰਾ ਦੱਸ ਦਿੱਤਾ ਹੈ, ਪੂਰਾ ਤਰੀਕਾ ਦੱਸ ਦਿੱਤਾ ਹੈ, ਤੂੰ ਧਿਆਨੀ ਹੋ ਜਾ ਸ਼ਬਦ ਕੀ, ਤੂੰ ਸ਼ਬਦ ਦਾ ਧਿਆਨ ਕਰ, ਅੰਦਰ ਕਰ, ਬਾਹਰ ਨਹੀਂ। ਉਹ ਸ਼ਬਦ ਤੇਰੇ ਅੰਦਰ ਆ ਰਿਹਾ ਹੈ, 24 ਘੰਟੇ ਆ ਰਿਹਾ। ਹਾਂਜੀ, ਗੁਰ ਗਿਆਨ ਬਤਾਇਆ ਸ਼ਬਦ ਕਾ ਤੂੰ ਹੋ ਜਾ ਧਿਆਨੀ ਸ਼ਬਦ ਕੀ ਮੈਂ ਸ਼ਬਦ ਸ਼ਬਦ ਬਹੁਤ ਕਹਾ ਕੋਈ ਨਾ ਮਾਨੇ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਅਫਸੋਸ ਦੇ ਨਾਲ ਫਰਮਾ ਰਹੇ ਹੈ, ਜਿਸ ਤਰ੍ਹਾਂ ਕੋਈ ਬਜ਼ੁਰਗ ਸਿਆਣਾ ਬੰਦਾ ਘਰ ਦੇ ਵਿੱਚ ਆਪਣੇ ਬਾਲ ਬੱਚੇ ਨੂੰ ਸਮਝਾਉਂਦਾ ਹੈ, ਜਦੋਂ ਨਾ ਮੰਨਦੇ ਬੜੇ ਅਫਸੋਸ ਨਾਲ ਕਹਿੰਦਾ ਕਿ ਭਾਈ ਮੈਂ ਤੇ ਤੁਹਾਡੇ ਵਾਸਤੇ ਕਹਿੰਦਾ ਕਿ ਤੁਸੀਂ ਅੱਗੇ ਵਾਸਤੇ ਸੁਖ ਲਓ, ਮੇਰੀ ਸਿੱਖਿਆ ਲਓ ਔਰ ਸਿੱਖਿਆ ਤੇ ਤੁਰੋ ਔਰ ਤੁਸੀਂ ਸੁਖ ਲਓ। ਸਾਡਾ ਤੇ ਵਕਤ ਹੋ ਚੁੱਕਾ, ਸਾਡਾ ਵਕਤ ਹੋ ਚੁੱਕਾ, ਕਿਉਂਕਿ ਉਹ ਬਜ਼ੁਰਗਾਂ ਨੇ ਆਪਣੀ ਜ਼ਿੰਦਗੀ ਵਿੱਚ ਦੁੱਖ ਸੁੱਖ ਬਹੁਤ ਦੇਖਿਆ ਹੁੰਦਾ, ਗਰੀਬੀ ਮੇਰੀ ਦੇਖੀ ਹੁੰਦੀ ਹੈ। ਇਸ ਵਾਸਤੇ ਉਹ ਅਗਲੇ ਅੰਸਾਂ ਨੂੰ ਸਮਝਾਉਂਦੇ ਹੈ ਕਿ ਸਾਡੇ ਆਖੇ ਲੱਗੋ, ਸਾਡੀ ਸਿੱਖਿਆ 'ਤੇ ਚੱਲਣ ਦੀ ਕੋਸ਼ਿਸ਼ ਕਰੋ ਔਰ ਤੁਸੀਂ ਸੁੱਖ ਲਓ। ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਮੈਂ ਸ਼ਬਦ ਸ਼ਬਦ ਬਹੁ ਤੱਕ ਕਹਾ, ਕਿ ਮੈਂ ਸ਼ਬਦ ਬਹੁਤ ਕਿਹਾ, ਬੜਾ ਕੁਛ ਕਿਹਾ ਹੈ, ਪਰ ਕੋਈ ਸ਼ਬਦ ਮੰਨਦਾ ਨਹੀਂ, ਕੋਈ ਮੰਨਦਾ ਨਹੀਂ। ਬੜੇ ਅਫਸੋਸ ਨਾਲ ਸਵਾਮੀ ਜੀ ਮਹਾਰਾਜ ਫਰਮਾ ਰਹੇ। ਹਾਂਜੀ, ਮੈਂ ਸ਼ਬਦ ਸ਼ਬਦ ਬਹੁਤ ਕਹਾ ਕੋਈ ਨਾ ਮਾਨੇ ਸ਼ਬਦ ਕੀ ਜਨਮ ਅਕਾਰਤ ਖੋਦੀਆ ਜੋ ਚੜੇ ਨਾ ਕਾਟੀ ਸ਼ਬਦ ਕੀ। ਸਵਾਮੀ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਸ ਜੀਵ ਨੇ ਆਪਣਾ ਜਨਮ ਬਰਬਾਦ ਕਰ ਦਿੱਤਾ, ਜਨਮ ਅਕਾਰਤ ਖੋ ਦਿਆ ਜੋ ਚੜੇ ਨਾ ਘਾਟੀ ਸ਼ਬਦ ਕੀ। ਭਾਈ ਉਹਨਾਂ ਜਨਮ ਬਰਬਾਦ ਕਰ ਦਿੱਤਾ,
ਜਿਹੜੇ ਉਹ ਸ਼ਬਦ ਦੇ ਘਾਟ ਪਰ ਨਹੀਂ ਪਹੁੰਚੇ, ਉਹ 84 ਦਾ ਚੱਕਰ ਨਹੀਂ ਮੁਕਾ ਸਕੇ, ਉਹਨਾਂ ਆਪਣਾ ਜਨਮ ਬਰਬਾਦ ਕਰ ਦਿੱਤਾ। ਉਹਨਾਂ ਇਸ ਜਨਮ ਦਾ ਕੋਈ ਫਾਇਦਾ ਨਹੀਂ ਲਿਆ। ਜੇ ਦੁਨੀਆਂ 'ਤੇ ਕੁੱਤੇ ਬਿੱਲੇ ਕੀੜੇ ਮਕੌੜੇ ਆਏ, ਪਸ਼ੂ ਪਰਿੰਦੇ ਆਏ, ਵੈਸਾ ਨੁਕਸਾਨ ਵੀ ਤੁਰ ਕੇ ਚਲਾ ਗਿਆ। ਇੱਕ ਫਕੀਰ ਨੇ ਫਰਮਾਇਆ, ਹਰ ਇੱਕ ਜੋ ਵੀ ਦੁਨੀਆਂ 'ਚ ਪੈਦਾ ਹੋਇਆ ਹੈ, ਉਹਨਾਂ ਵਿੱਚ ਇੱਕ ਆਦਤ ਹੈ ਅਤੇ ਇਸ ਬੰਦੇ ਵਿੱਚ ਸਾਰੀਆਂ ਨੇ, ਇਹਦੇ ਵਿੱਚ ਸਾਰੀਆਂ ਨੇ, ਪਰ ਸਿਵਾਏ ਉਸ ਮਾਲਕ ਦੀ ਬੰਦੀ ਦੇ ਇਹਦਾ ਇਹਦੀ ਕਲਿਆਣ ਨਹੀਂ ਹੋ ਸਕਦੀ, ਇਹ ਬਚ ਨਹੀਂ ਸਕਦਾ। ਜੋ ਕੁਛ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਿਹਾ ਹੈ, ਠੀਕ ਫਰਮਾ ਰਿਹਾ ਹੈ। ਇਹ ਜਨਮ ਆਕਾਰਤ ਖੋ ਦੀਆ, ਕੋਈ ਫਾਇਦਾ ਨਹੀਂ ਲਿਆ ਜਨਮ ਦਾ। ਕੀ ਕੰਮ ਕਰਨਾ ਸੀ ਅਸੀਂ ਇਸ ਜਨਮ ਦੇ ਵਿੱਚ, ਔਰ ਕੀ ਅਸੀਂ ਕਰ ਰਹੇ ਹਾਂ? ਇੱਕ ਬਹੁਤ ਬੜਾ ਬੜੀ ਵੱਡੀ ਹਸਤੀ, ਬੜੀ ਵੱਡੀ ਤਾਕਤ ਹੋ ਕੇ, ਅਤੇ ਫਿਰ ਵੀ ਇਸਨੇ ਆਪਣੇ ਆਪ ਦੀ ਪਛਾਣ ਨਹੀਂ ਕੀਤੀ ਕਿ ਮੈਂ ਕੀ ਹੈਗਾ। ਫਿਰ ਵੀ ਆਪਣੇ ਆਪ ਦੀ ਇਸਨੇ ਪਛਾਣ ਨਹੀਂ ਕੀਤੀ। ਯਿਸੂ ਮਸੀਹ ਨੇ ਇਸੇ ਵਾਸਤੇ ਫਰਮਾਇਆ ਹੈ ਕਿ ਤੂੰ ਪਹਿਲੇ ਆਪਣੇ ਆਪ ਦੀ ਪਛਾਣ ਕਰ, ਨੋ ਦਾਈ ਸੈਲਫ, ਉਹਨਾਂ ਅੰਗਰੇਜ਼ੀ 'ਚ ਕਿਹਾ ਹੈ ਕਿ ਤੂੰ ਪਛਾਣ ਤੇ ਕਰ ਮੈਂ ਹੈ ਕੀ ਹਾਂ। ਅਤੇ ਤੂੰ ਪਛਾਣ ਕਰਦਾ ਹੀ ਨਹੀਂ ਕਿ ਮੈਂ ਹੈ ਕੀ ਹਾਂ, ਤੇ ਫਿਰ ਤੂੰ ਕੁਛ ਵੀ ਨਹੀਂ ਹੈਗਾ। ਜਨਮ ਆਕਾਰਤ ਖੋ ਦੀਆ, ਜੋ ਚੜੇ ਨਾ ਕਾਟੀ ਸ਼ਬਦ ਕੀ, ਰਾਧਾ ਸਵਾਮੀ ਕਹਿ ਕਹਿ ਚੁੱਪ ਹੋਏ, ਬਿਨ ਪਾਗ ਨਾ ਤਾਰਾ ਸ਼ਬਦ ਕੀ। ਸਵਾਮੀ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ, ਰਾਧਾ ਸਵਾਮੀ ਕਹਿ ਕਹਿ ਚੁੱਪ ਹੋਏ, ਬਿਨ ਭਾਗ ਨਾ ਤਾਰਾ ਸ਼ਬਦ ਕੀ। ਸੰਤ ਫਿਰ ਵੀ ਕੁਛ ਨਾ ਕੁਛ ਗੁੰਜਾਇਸ਼ ਰੱਖਦੇ ਹੈ ਕਿ ਭਾਈ ਬਗੈਰ ਭਾਗਾਂ ਦੇ, ਬਗੈਰ ਕਰਮਾਂ ਦੇ ਉਹ ਸ਼ਬਦ ਦੀ ਕਮਾਈ ਨਹੀਂ ਕਰ ਸਕਦਾ, ਨਾ ਉਹ ਫਾਇਦਾ ਲੈ ਸਕਦਾ। ਇਸ ਦਾ ਕਰਮ ਵੀ ਚਾਹੀਦਾ ਹੈ। ਸੋ ਕਰਮ ਨਾ ਕਰਨ ਦਾ ਹੈ, ਜੇ ਅਸੀਂ ਕਰਾਂਗੇ ਕੁਛ ਤਾਂ ਸਾਡਾ ਕਰਮ ਬਣੇਗਾ। ਅਸੀਂ ਇੱਦਾਂ ਬੈਠੇ ਰਹੀਏ, ਸਾਨੂੰ ਕਿਤੇ ਪੈਸੇ ਮਿਲਦੇ ਹੈ, ਅਸੀਂ ਕੋਈ ਕੰਮ ਕਰਦੇ ਹਾਂ ਤਦ ਸਾਨੂੰ ਪੈਸੇ ਮਿਲਦੇ ਹੈ, ਚਾਹੇ ਅਸੀਂ ਕੋਈ ਵੀ ਕੰਮ ਕਰਦੇ ਹਾਂ, ਜ਼ਿਮੀਦਾਰੀ ਜ਼ਮੀਨਾਂ ਪਾਉਂਦੇ ਹੈ, ਜ਼ਿਮੀਦਾਰੀ ਕਰਦੇ ਆ, ਉਹਦੇ ਵਿੱਚੋਂ ਫਸਲ ਹੁੰਦਾ ਹੈ, ਦਾਣਾ ਫੱਕਾ ਹੁੰਦਾ ਹੈ, ਮਿਲਦਾ ਹੈ। ਕੋਈ ਦੁਕਾਨਦਾਰੀ ਕਰਦਾ ਉਹਦੇ ਵਿੱਚੋਂ ਉਹ ਫਾਇਦਾ ਲੈਂਦਾ ਹੈ, ਕੋਈ ਨੌਕਰੀ ਕਰਦਾ ਉਹਦੇ ਵਿੱਚੋਂ ਉਹ ਫਾਇਦਾ ਲੈਂਦਾ ਹੈ। ਜੇ ਉਹ ਮੈਂ ਕਹੇ ਸੜਕ 'ਚ ਬੈਠਾ ਰਹਿੰਦਾ ਤਾਂ ਮੈਨੂੰ ਫਾਇਦਾ ਮਿਲ ਜਾਏ, ਕਿਸ ਤਰ੍ਹਾਂ ਮਿਲ ਜਾਏਗਾ? ਕਰਮ ਨਾ ਕਰਨ ਦਾ ਹੈ। ਅਸੀਂ ਸਾਧ ਸੰਗਤ ਵਿੱਚ ਆਈਏ, ਸਾਧ ਸੰਗਤ ਵਿੱਚ ਸਾਡਾ ਇੱਕ ਕਰਮ ਬਣਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਸਾਧ ਸੰਗਤ ਇੱਕ ਐਸੀ ਚੀਜ਼ ਹੈ ਕਿ ਜਿਸ ਤਰ੍ਹਾਂ ਕੋਈ ਦਾਣੇ ਦੀ ਬੋਰੀ ਦਾ ਮੂੰਹ ਖੋਲ੍ਹ ਦਿਓ ਅਤੇ ਉਹ ਸਾਰੀ ਨੂੰ ਖਿਲਾਰ ਦਿਓ ਅਤੇ ਦਾਣਾ ਦਾਣਾ ਜਿਹੜਾ ਨਾ ਉਹ ਹੋ ਜਾਂਦਾ, ਮੁੜ ਕੇ ਬੋਰੀ ਨਹੀਂ ਬਣਦੀ। ਜੇ ਤੁਸੀਂ ਕਹੋ ਕਿ ਉਹਨਾਂ ਨੂੰ ਇਕੱਠੇ ਕਰਕੇ
ਤੇ ਦਾਣੇ ਦੀ ਬੋਰੀ ਮੁੜ ਕੇ ਅਸੀਂ ਉਹਦਾ ਮੂੰਹ ਬੰਨ ਦਈਏ ਤੇ ਪੂਰੇ ਕੁਆਂਟਲ ਦੀ ਬੋਰੀ ਬਣ ਜਾਏ, ਉਹ ਨਹੀਂ ਬਣ ਸਕਦੀ। ਕਿਉਂ ਉਹ ਬਣ ਨਹੀਂ ਸਕਦੀ? ਦਾਣਾ ਦਾਣਾ ਖਿਲਰ ਗਿਆ, ਪਤਾ ਨਹੀਂ ਕਿੱਧਰ ਕਿੱਧਰ ਚਲਾ ਗਿਆ, ਕੋਈ ਜਾਨਵਰ ਚੁੱਕ ਕੇ ਲੈ ਗਿਆ, ਕੋਈ ਕੋਈ ਲੈ ਗਿਆ, ਕੋਈ ਕੋਈ ਲੈ ਗਿਆ, ਉਹ ਬਣ ਨਹੀਂ ਸਕਦੀ। ਮਕਾਨ ਨਵੇਂ ਨੂੰ ਤੁਸੀਂ ਦੇੜੋ ਮੁੜ ਕੇ, ਕਹੋ ਵੀ ਇਹ ਮਕਾਨ ਮੁੜ ਕੇ ਉਸੇ ਮਟੀਰੀਅਲ ਨਾਲ ਅਸੀਂ ਬਣਾ ਲੈਣੇ, ਉਹ ਬਣ ਨਹੀਂ ਸਕਦਾ। ਇਸੇ ਤਰ੍ਹਾਂ ਸਾਧ ਸੰਗਤ ਇੱਕ ਐਸਾ ਸਮੁੰਦਰ ਹੈ ਕਿ ਜਿਹਦੇ ਵਿੱਚ ਆ ਕੇ ਸਾਡੇ ਕਰਮ ਜਿਹੜੇ ਹੈ ਉਹ ਨਾਸ਼ ਹੋ ਸਕਦੇ, ਸਾਡਾ ਕੱਪੜਾ ਸਾਫ ਹੋ ਸਕਦਾ ਹੈ, ਸਾਡੀਆਂ ਕਈ ਭਾਵਨਾ ਦਿਲ ਦੀਆਂ ਜਿਹੜੀਆਂ ਨਾ ਉਹ ਜਾ ਸਕਦੀਆਂ ਨੇ, ਉਹ ਸਿਰਫ ਇੱਕ ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਦੇ ਵਿੱਚ ਕਰਮ ਸਾਡੇ ਖਿੰਡ ਮਿਟ ਜਾਂਦੇ ਹੈ, ਨਾਸ਼ ਹੋ ਜਾਂਦੇ ਹੈ, ਉਹ ਕਰਮ ਸਾਡੀ ਗਠੜੀ ਜਿਹੜੀ ਬੱਜੀ ਹੈ ਉਹ ਗਠੜੀ ਨਹੀਂ ਰਹਿ ਸਕਦੀ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਸ਼ਹਿਰਾਂ ਦੇ ਗੰਦੇ ਨਾਲੇ, ਜਿਹਨਾਂ ਦੇ ਵਿੱਚ ਕੋਈ ਹੱਥ ਪੈਰ ਨਹੀਂ ਲਗਾਉਂਦਾ, ਨਾ ਕੋਈ ਬਰਤਨ ਵਿੱਚ ਆਉਂਦੇ ਹੈ, ਉਹ ਪਾਣੀ ਜਿਹੜੇ ਗੰਦੇ ਹੁੰਦੇ ਹੈ, ਪਰ ਜਦੋਂ ਬੜੇ ਸਮੁੰਦਰਾਂ ਵਿੱਚ ਚਲਾ ਜਾਂਦੇ ਹੈ, ਵੱਡੇ ਦਰਿਆਵਾਂ 'ਚ ਚਲਾ ਜਾਂਦੇ ਹੈ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ, ਉਹ ਦਰਿਆ ਬਣ ਜਾਂਦੇ ਹੈ, ਉਹਨਾਂ ਦੀ ਕੋਈ ਮੈਲ ਨਹੀਂ ਰਹਿੰਦੀ। ਇਸੇ ਤਰ੍ਹਾਂ ਸਾਡਾ ਕਰਮ ਜਿਹੜਾ ਅੱਛੇ ਕਰਮ ਬਣਾਉਣ ਵਾਸਤੇ ਸਾਨੂੰ ਸਾਧ ਸੰਗਤ ਦੀ ਜ਼ਰੂਰਤ ਹੈ। ਸੰਗਤ ਹੀ ਸਾਨੂੰ ਗਾਲ ਸਕਦੀ ਹੈ, ਸੰਗਤ ਤਾਰ ਸਕਦੀ ਹੈ। ਅਗਰ ਅਸੀਂ ਭੈੜੀ ਸੰਗਤ ਦੇ ਵਿੱਚ ਰਲ ਜਾਵਾਂਗੇ ਸਾਨੂੰ ਭੈੜਾ ਬਣਨਾ ਹੀ ਪਏਗਾ, ਉਹ ਭੈੜਾ ਬਣ ਜਾਵਾਂਗੇ। ਜੇ ਚੰਗੀ ਸੰਗਤ ਵਿੱਚ ਆਵਾਂਗੇ ਅਸੀਂ ਚੰਗੇ ਬਣ ਜਾਵਾਂਗੇ। ਇਹ ਸੰਗਤ ਦੇ ਮਨਸਰ ਸਭ ਕੁਝ, ਸੰਗਤ ਐਸਾ ਸਮੁੰਦਰ ਹੈ ਜਿਹੜਾ ਸਾਡੀ ਮੈਲ ਸਾਰੀ ਸਾਫ਼ ਕਰ ਦੇਗਾ ਔਰ ਉਹ ਚੰਗਾ ਬਣ ਸਕਦਾ ਬੰਦਾ। ਇੱਥੇ ਸਾਡਾ ਕਰਮ ਬਣ ਸਕਦਾ ਹੈ, ਜੋ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ, ਠੀਕ ਫਰਮਾ ਰਹੇ ਹੈ। ਜਦ ਸਾਡਾ ਕਰਮ ਬਣ ਜਾਏਗਾ ਫਿਰ ਅਸੀਂ ਸ਼ਬਦ ਦੀ ਕਮਾਈ ਵੀ ਕਰਾਂਗੇ, ਫਿਰ ਸਾਡਾ ਸਤਿਗੁਰ ਨਾਲ ਵੀ ਪਿਆਰ ਹੋਏਗਾ, ਸਾਧ ਸੰਗਤ ਨਾਲ ਪਿਆਰ ਹੋਏਗਾ, ਫਿਰ ਸਾਨੂੰ ਆਪਣੇ ਆਪ ਦਾ ਵੀ ਪਤਾ ਲੱਗ ਜਾਏਗਾ ਕਿ ਅਸੀਂ ਕਰਨਾ ਕੀ ਚਾਹੀਦਾ ਅਤੇ ਕੀ ਕਰਨ ਵਾਸਤੇ ਅਸੀਂ ਆਏ ਹਾਂ ਔਰ ਕੀ ਕਰ ਰਹੇ ਹਾਂ, ਇਹ ਵੀ ਸਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗੀ। ਹਾਂਜੀ, ਰਾਧਾ ਸਵਾਮੀ ਕਹਿ ਕੇ ਚੁੱਪ ਹੋਏ ਬਿਨ ਭਾਗ ਨਾ